ਵਿੱਚ ਤੁਸੀਂ ਇਸ ਵਕਤ ਬਠਿੰਡਾ ਤੋਂ ਜੁੜੇ ਹੋਏ ਹੋ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ, ਸੋ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ, ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066, ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟ੍ਰੈਵਲ ਸੈਂਟਰ, 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 601-867-2345। PGI ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲੋ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੇਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 98142-32345, ਯਾਨੀ ਕਿ 9814232345। ਟਰੈਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care. Quick Truck Lube. ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਂਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾਂ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ, ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ, ਦੋ ਪਰੌਂਠੇ ਸਿਰਫ 499 ਚ, ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ, ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 6615888-8858-858-88-58-58। एड्रेस 2201 साउथ यूनियन एवेन्यू, बेकर्सफील्ड, कैलिफोर्निया 93307। यूनियन विलेज। प्रोग्राम शमादान दे विच तुहाडा स्वागत है जी। मेरे नाल सरदार जसप्रीत सिंह पट्टी हो रही इस वक्त जुड़ गए ने। पट्टी साहब, सत श्री अकाल जी। ਪੱਟੀ ਸਾਹਿਬ, ਸਭ ਤੋਂ ਪਹਿਲਾਂ ਤਾਂ ਬੜੀ ਚਰਚਾ ਹੈ ਕਿ ਹੁਣ ਪਿੱਛੇ ਜੇ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਕਮੇਟੀ ਦਾ ਲੈਜਿਸਲੇਸ਼ਨ, ਕੋਈ ਫੇਅਰਸ ਕਮੇਟੀ ਦਾ ਚੇਅਰਮੈਨ ਵੀ ਲਾਇਆ ਗਿਆ। ਉਹਨਾਂ ਨੇ ਕੱਲ੍ਹ ਕੁਰਸੀ 'ਤੇ ਬੈਠੇ ਵੀ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਹਜੇ ਕੁਰਸੀ 'ਤੇ ਬੈਠੇ ਮਗਰੋਂ ਨੇ ਪਹਿਲਾਂ ਕੁਛ ਚਰਚਾਵਾਂ ਇਹ ਹੋ ਗਈਆਂ ਨੇ ਕਿ ਉਹ ਹੱਥ ਦੇ ਵਿੱਚ ਫੁੱਲ ਫੜਨ ਨੂੰ ਤਿਆਰ ਨੇ। ਦੇਖੋ ਜੀ, ਜਿੱਥੋਂ ਤੱਕ ਜਿਹੜੀ ਆ ਬਾਜਵਾ ਸਾਹਿਬ ਦੀ ਗੱਲ, ਬਾਜਵਾ ਸਾਹਿਬ ਦਾ ਜਿਹੜਾ ਪਿਛੋਕੜ, ਜਿਹੜਾ ਕਾਂਗਰਸੀ ਰਿਹਾ, ਇਹਨਾਂ ਦੇ ਫਾਦਰ ਜਿਹੜੇ ਕਾਂਗਰਸੀ ਰਹੇ ਨੇ, ਇਸ ਕਰਕੇ ਮੈਂ ਸੋਚਦਾ ਵੀ ਇਸ ਵੇਲੇ ਜਿਹੜੀ ਭਾਜਪਾ ਇੱਕ ਚਿਹਰਾ ਲੱਭ ਰਹੀ ਪੰਜਾਬ ਦੇ ਵਿੱਚ, ਕੋਈ ਵੱਡਾ ਚਿਹਰਾ ਹੋਵੇ, ਲੀਡਰ ਹੋਵੇ ਤੇ ਉਹ ਹੋਵੇ ਸਿੱਖ, ਕਿਉਂ ਪੰਜਾਬ ਦੇ ਵਿੱਚ ਭਾਜਪਾ ਨੂੰ ਜੇ ਕਾਮਯਾਬ ਕਰਨਾ ਤੇ ਉਹਦਾ ਜਿਹੜਾ ਪ੍ਰਧਾਨ ਇੱਕ ਸਿੱਖ ਤੇ ਖਾਸ ਕਰਕੇ ਜੱਟ ਹੋਣਾ ਬਹੁਤ ਜ਼ਰੂਰੀ। ਤੁਹਾਨੂੰ ਪਿਆ ਪਤਾ ਹੈ ਕਿ ਦਇਆ ਸਿੰਘ ਸੋਢੀ ਨੂੰ ਬਣਾਇਆ ਸੀ ਪ੍ਰਧਾਨ ਇੱਥੇ ਅੰਮ੍ਰਿਤਸਰ ਦੇ, ਤੇ ਉਦੋਂ ਸੀਟ ਵੀ ਜਿੱਤ ਗਿਆ ਸੀ ਅੰਮ੍ਰਿਤਸਰ ਦੀ ਪਾਰਲੀਮੈਂਟ ਦੀ। ਇਸ ਕਰਕੇ ਪਹਿਲਾਂ ਸਿੱਧੂ ਦੀ ਚਰਚਾ ਕੀਤੀ ਗਈ ਕਿ ਸਿੱਧੂ ਜਾ ਰਿਹਾ ਜੀ ਭਾਜਪਾ ਚੱਲ ਜਾਏਗਾ, ਭਾਜਪਾ ਚੱਲ ਜਾਏਗਾ, ਛੱਡ ਰਿਹਾ ਜੀ ਮੁੜਕੇ ਕਰਦੀ ਜੀ ਆਪ ਚੱਲ ਰਹੇਗਾ, ਉਹ ਨੀ ਕਿਤੇ ਨਹੀਂ ਗਿਆ। ਹੁਣ ਚਰਚਾ ਇਹਨਾਂ ਦੀ ਆ ਕਿ ਪ੍ਰਤਾਪ ਸਿੰਘ ਬਾਜਵਾ ਜਿਹੜਾ ਵਾ, ਜਿਸ ਤਰੀਕੇ ਨਾਲ ਉਹ ਕੈਪਟਨ ਅਮਰਿੰਦਰ ਸਿੰਘ ਬਾਰ ਬਾਰ ਜਲਾਸੀ ਕਦੋਂ ਫੜ ਰਹੇ ਨੇ, ਬਾਰ ਬਾਰ ਉਹਨੇ ਚਿੱਠੀਆਂ ਲਿਖ ਰਹੇ ਨੇ, ਬਾਰ ਬਾਰ ਉਹਨਾਂ ਸਵਾਲ ਜਵਾਬ ਕਰ ਰਹੇ ਨੇ, ਭਾਵੇਂ ਕਿ ਇਹ ਸੈਂਟਰ ਦੀ ਪਾਲਿਸੀ ਰਹੀ ਆ ਕਾਂਗਰਸ ਹਾਈਕਮਾਂਡ ਦੀ ਕਿ ਉਹ ਇੱਕ ਬਰਾਬਰ ਤੇ ਬੰਦਾ ਜ਼ਰੂਰ ਖੜਾ ਕਰਕੇ ਰੱਖਦੇ ਆ ਕਿ ਜਿਹੜਾ ਬੰਦਾ ਉਹ ਜਿਹੜਾ ਬੰਦਾ ਸੱਤਾ ਉਤਾਰੀ ਉਸਨੂੰ ਖਰਾਬ ਨਾ ਕਰੇ। ਲੇਕਿਨ ਬਾਜਵਾ ਸਾਹਿਬ ਬਾਰੇ ਚਰਚੇ ਪਾਏ ਜਾ ਰਹੇ ਨੇ, ਕਈ ਬੁੱਧੀਜੀਵੀ ਦੇ ਲੋਕ ਵੀ ਕਹਿੰਦੇ ਵੀ ਬਾਜਵਾ ਸਾਹਿਬ ਚਲੇ ਜਾਣਗੇ। ਮੈਂ ਸੋਚਦਾ ਕਿ ਜੇ ਬਾਜਵਾ ਸਾਹਿਬ ਜਦੋਂ ਚਲੇ ਵੀ ਗਏ ਤੇ ਉਹ ਗੱਲ ਨਹੀਂ ਬਣੀ। ਇਸ ਵੇਲੇ ਉਹਨਾਂ ਦੇ ਕੋਲ 3 MLA ਉਹਨਾਂ ਕੋਲ ਹੈਗੇ, ਇੱਕ ਉਹਨਾਂ ਦਾ ਭਰਾ MLA ਆ, ਇੱਕ ਬਲਵਿੰਦਰ ਸਿੰਘ ਲਾਡੀ MLA ਆ, ਤੇ ਇੱਕ ਜਿਹੜਾ ਲਾਡੀ ਦਾ ਕੁਲਮ ਆ ਸਾਡੇ ਭਲਾਈਪੁਰ, ਪਹਿਲਾਂ ਉਹ ਡਿਪਟੀ ਦੇ ਨਾਲ ਦੱਸੇ ਤੇ ਬਾਜਵਾ ਸਾਹਿਬ ਦੇ ਨਾਲ, ਤਿੰਨ ਚਾਰ ਜਿਹੜੇ ਸਿੱਧੇ ਰੂਪ ਵਿੱਚ MLA ਉਹਦੇ ਨਾਲ ਖੜੇ ਆ। ਇਸ ਵੇਲੇ ਜੇ ਉਹ ਜਾਂਦੇ ਆ ਤੇ ਜਾਂ ਫਿਰ ਉਹਨਾਂ ਨੂੰ ਅਸਤੀਫੇ ਦੇਣੇ ਪੈਣਗੇ ਬੰਦਿਆਂ ਨੂੰ, ਜਾਂ ਫਿਰ ਬਾਜਵੇ ਦਾ ਬਾਈਕਟ ਕਰਨਗੇ।
ਤੇ ਜੇ ਉਹ ਟੀਮ ਬਾਜਵਾ ਸਾਹਿਬ ਨੂੰ ਜਾਂਦੀ ਤੇ ਫਿਰ ਜਾ ਕੇ ਉਹਨਾਂ ਨੂੰ ਉੱਥੇ ਕਾਮਯਾਬੀ ਨਹੀਂ ਮਿਲਦੀ। ਤੇ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਬਾਜਵਾ ਸਾਹਿਬ ਦੀ ਚਰਚਾ ਜ਼ਰੂਰ ਆ, ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਸੱਟੀ ਜੀ ਪਾਉਂਦੇ ਰਹਿੰਦੇ, ਉਹਨੂੰ ਇਮਤਿਹਾਨ ਦਿੰਦੇ ਰਹਿੰਦੇ, ਚਿੱਠੀਆਂ ਦੇਖਦੇ ਰਹਿੰਦੇ, ਲੇਕਿਨ ਮੈਨੂੰ ਵੀ ਉਮੀਦ ਕਿ ਉਹ ਕਾਂਗਰਸ ਛੱਡ ਕੇ ਭਾਜਪਾ ਜਾਣਗੇ। ਲੇਕਿਨ ਉਹਨਾਂ ਨੇ ਇੱਕ ਦਬਕਾ ਜ਼ਰੂਰ ਰੱਖਿਆ ਵੀ ਜੇ ਕਿਸੇ ਮੇਰੀ ਨਾ ਗੱਲ ਸੀ ਤੇ ਮੇਰੇ ਵਾਸਤੇ ਵਿਕਲਪ ਕੋਈ ਹੋਰ ਵੀ ਹੈਗਾ। ਪਰ ਆਪਾਂ ਦੂਜੇ ਪਾਸੇ ਗੱਲ ਕਰੀਏ, ਹਜੇ ਤਾਂ ਜੋਤੀ ਰਾਜੇ ਸਿੰਧੀਆ ਦਾ ਮਾਮਲਾ ਵੀ ਠੰਡਾ ਨਹੀਂ ਪਿਆ। ਉੱਧਰ ਜੋਤੀ ਰਾਜੇ ਸਿੰਧੀਆ ਦਾ ਜਿਹੜਾ ਗੱਲਬਾਤ ਕਰੀਏ, ਹੈਂਜੀ, ਤਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਤਾਂ ਉਹਦਾ ਮਨ ਖੱਟਾ ਹੋ ਗਿਆ, ਕਾਂਗਰਸ ਤੋਂ ਗਿਆ ਸੀ। ਹਜੇ ਦੇਖੋ ਸਿੰਧੀਆ ਦੀ ਗੱਲ ਇਹ ਆ ਜੀ, ਉਹ ਕਹਿੰਦੇ ਵੀ ਘਟਦੇ ਰਹੇ ਘਟਦੇ ਰਹੇ, ਉਹ ਹਾਲਤ ਬਣੀ ਕਿਉਂਕਿ ਕਾਂਗਰਸ ਦੇ ਵਿੱਚ ਇੱਕ ਛੋਟਾ ਰਾਹੁਲ ਗਾਂਧੀ ਕਿਹਾ ਜਾਂਦਾ ਸੀ। ਉਹ ਜੀ ਮਤਲਬ ਸੋਨੀਆ ਗਾਂਧੀ ਨੂੰ ਜਦੋਂ ਮਰਜ਼ੀ ਜਾ ਕੇ ਮਿਲ ਲਏ, ਜਦੋਂ ਮਰਜ਼ੀ ਮੀਟਿੰਗ ਕਰ ਲਵੇ, ਉਹ ਉੱਥੇ ਦੇ ਪਿੰਡ ਸੀ, ਇੰਨਾ ਜਿਹੜੀ ਨੇੜਤਾ ਸੀ ਗਾਂਧੀ ਪਰਿਵਾਰ ਦੇ ਨਾਲ। ਲੇਕਿਨ ਇਸ ਵੇਲੇ ਗਾਂਧੀ ਪਰਿਵਾਰ ਦਾ ਸੈਂਟਰ ਚ ਇੰਨਾ ਕੁ ਕਮਜ਼ੋਰ ਹੋਇਆ ਬੈਠਾ ਕਿ ਕਈ ਦਸੀਮ ਉਹਦੇ ਕੋਲ ਨਹੀਂ ਲੈ ਜਾਂਦੇ। ਕਮਲ ਨਾਥ ਜਿਹੜਾ ਮੱਧ ਪ੍ਰਦੇਸ਼ ਦਾ ਪ੍ਰਧਾਨ ਮੁੱਖ ਮੰਤਰੀ ਬਣਿਆ ਸੀ, ਧੱਕੇ ਨਾਲ ਬਣਿਆ ਸੀ, ਜੇ ਤੁਸੀਂ ਨਾ ਬਣਿਆ ਤੇ ਮੈਂ ਆਪਣੇ MLA ਤੋੜ ਕੇ ਲੈ ਜਾਈਏ, ਉਹਨਾਂ ਦੀ ਮਜਬੂਰੀ ਬਣ ਗਈ ਸੀ। ਕਿਹਾ ਸੀ ਸਿੰਧੀਆ ਨੇ, ਸਿੰਧੀਆ ਨੇ ਕਿਹਾ ਵੇਖੋ ਮੈਨੂੰ ਉੱਥੋਂ ਦੀ ਪ੍ਰਧਾਨਗੀ ਦੇ ਦਿਓ, ਹਾਲੀ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਡਿਪਟੀ ਟੂਰ ਸਮਝੋ, ਆਪਣੇ ਨੂੰ ਮੁੱਖ ਮੰਤਰੀ ਸਮਝ ਆਪਣੇ ਏਰੀਏ ਦਾ ਜੀ। ਲੇਕਿਨ ਉਹ ਗੱਲ ਨਹੀਂ ਬਣਦੀ। ਫਿਰ ਉਹਨੇ ਕਿਹਾ ਮੈਨੂੰ ਤੁਸੀਂ ਰਾਜ ਸਭਾ ਦੇ ਦਿਓ, ਦਿਗਵਿਜੇ ਸਿੰਘ ਨੇ ਤੇ ਨਾਲ ਜਿਹੜਾ ਕਮਲ ਨਾਥ ਸੀ ਉਹਨੇ ਉਹਨੂੰ ਕੋਈ ਵੀ ਅਹੁਦਾ ਨਹੀਂ ਲੈਣ ਦਿੱਤਾ, ਜਿਹਦੇ ਕਰਕੇ ਉਹ ਗੁੱਸੇ ਦਾ ਮਾਰਿਆ ਭਾਜਪਾ ਚਲਾਂਗੇ। ਹੁਣ ਸਿੰਧੀਆ ਰਾਜੇ ਜਿਹੜਾ ਉਹ ਇੱਕ ਤਾਂ ਪਿਛੋਕੜੇ ਚ ਰਾਜਾ ਮਹਾਰਾਜਾ ਦਾ ਹੈ, ਉਹਨਾਂ ਦਾ ਆਪਣੇ ਸੂਬੇ ਚ ਆਧਾਰ ਆ, ਇੱਕ ਖਾਸ ਖੇਤਰ ਚ ਆਧਾਰ ਆ। ਉਹਨਾਂ 22 MLA ਟੁੱਟ ਕੇ ਚਲੇ ਗਏ। 22 MLA ਨੂੰ ਇਹ ਕਿਹਾ ਗਿਆ ਸੀ ਵੀ ਜਿਹੜੀ 22 ਇਲੈਕਸ਼ਨ ਹੋਏਗੀ ਜਿਹੜੀ ਉਹ ਪਚਾਉਣ ਦੀ, ਤੁਹਾਨੂੰ ਸਾਰਿਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਜੀ। ਹੁਣ ਜਿਹੜੀ ਭਾਜਪਾ ਵਾ ਹੁਣ ਇਲੈਕਸ਼ਨ ਦੇ 26 ਹਲਕਿਆਂ ਚ ਹੋਣੀ ਆ, ਤੇ ਉਹ ਭਾਜਪਾ ਉਹਨਾਂ ਨੂੰ ਟਿਕਟਾਂ ਦੇਣ ਤੋਂ ਇਨਕਾਰੀ ਹੋਈ ਹੈ, ਜਿਹਦੇ ਕਰਕੇ ਉਹਨਾਂ ਦਾ ਇੱਕ ਬੰਦਾ ਜਿਹੜਾ ਪਹਿਲਾਂ ਜਿਹੜੇ ਦਾ ਖਤਮ ਖਤ ਬੰਦਾ ਸਿੰਧੀਆ ਦਾ, ਉਹ ਵਾਪਸ ਕਾਂਗਰਸ ਚਲਾ ਗਿਆ ਜੀ। ਇੱਕ ਭਾਜਪਾ ਦਾ ਆਗੂ ਜਿਹੜਾ ਕਾਂਗਰਸ ਚਲਾ ਗਿਆ, ਮੈਨੂੰ ਟਿਕਟ ਦਿਓ ਤੁਸੀਂ। ਹੁਣ ਕਾਂਗਰਸ BJP ਵਾਲੇ ਉਹਨਾਂ 22 ਬੰਦਿਆਂ ਟਿਕਟ ਦੇਣ ਵਾਸਤੇ ਤਿਆਰ ਨਹੀਂ ਗੇ, ਉਹਦੇ ਅੱਧੇ ਪਿੱਛੇ ਦਿਆਂਗੇ ਜੇ ਨਹੀਂ ਦਿਆਂਗੇ, ਇਸੇ ਕਰਕੇ ਤੁਹਾਨੂੰ ਪਤਾ ਬਗਾਵਤ ਤੇ ਫਿਰ ਹੋਣੀ ਹੋਣੀ ਹੈ। ਹਾਂਜੀ, ਸਿੰਧੀਆ ਨੂੰ ਵੀ ਅਜੇ ਕਿਸੇ ਕਮੇਟੀ ਦੇ ਵਿੱਚ ਜਾਂ ਕੋਈ ਅਹੁਦਾ ਜਲਾਵਤ ਨਹੀਂ ਦਿੱਤਾ, ਉਹਨੂੰ ਬੜੀ ਨਿਆਸ ਸੀ ਕਿ ਜੇ ਉਹਨਾਂ ਨੇ ਦਿੱਤਾ ਤੇ ਮੈਨੂੰ ਇਹ ਰਾਜ ਸਭਾ ਦੀ ਟਿਕਟ ਦੇ ਦੇਣੇ, ਲੇਕਿਨ ਰਾਜ ਸਭਾ ਦੇ ਵਿੱਚ ਉਹਨੂੰ ਨਹੀਂ ਲਿਆਂਗੇ ਜੀ। ਹੁਣ ਉਹ ਨਾ ਗਾਂਹ ਜਾ ਸਕਦਾ ਨਾ ਪਛਾੜ ਸਕਦਾ, ਹੁਣ ਫਸਿਆ ਪਿਆ ਵਾ। ਅਮੀਰ ਡਰ ਦੀ ਕੱਲ੍ਹ ਨੂੰ ਜਿਹੜੀਆਂ ਇਲੈਕਸ਼ਨ ਹੋਣੀਆਂ ਉੱਥੇ 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 ਆਪਣੇ ਉਮੀਦਵਾਰ ਖੜੇ ਕਰਕੇ ਜਾਂ ਅਸਦੇ ਵਿੱਚ ਕਾਂਗਰਸ ਦੀ ਸਪੋਰਟ ਕਰਕੇ, ਕਿਉਂਕਿ ਉੱਥੇ ਆਧਾਰ ਆ ਜੀ ਉਹਨਾਂ ਸੀਟਾਂ ਦੇ, ਉਹਨਾਂ ਦਾ ਆਧਾਰ ਆ ਸਿੰਧੀਆ ਦਾ, ਸਿੰਧੀਆ ਪਰਿਵਾਰ ਦਾ, ਜਿੱਥੇ ਉਹਨਾਂ ਕਹਿਣਾ ਉਹੀ ਉਮੀਦਵਾਰ ਜਿੱਤਣੇ ਉੱਥੇ ਜਿੱਥੇ ਹੱਥ ਰੱਖਣਾ ਉਹਨਾਂ ਨੇ। ਇਸ ਕਰਕੇ ਭਾਜਪਾ ਨੂੰ ਉਮੀਦ ਆ ਵੀ ਅਸੀਂ ਆਪਣੀ ਸੱਤਾ ਦੇ ਜ਼ੋਰ ਨਾਲ ਜਿੱਤ ਲਵਾਂਗੇ, ਲੇਕਿਨ ਹਾਲ ਦੀ ਕਰੀ ਸਿੰਧੀਆ ਸਾਹਿਬ ਦੀ ਵਾਪਸੀ ਬਾਰੇ ਕਾਂਗਰਸ ਚ ਕੋਈ ਰਸਤਾ ਦਿਸ ਨਹੀਂ ਰਿਹਾ। ਲੇਕਿਨ ਤੁਹਾਨੂੰ ਪਤਾ ਵੀ ਜੇ ਰਸਤੇ ਖੁੱਲ੍ਹੇ ਹੁੰਦੇ ਸਿਆਸੀ ਪਾਰਟੀਆਂ ਜਿਹੜੇ ਰਸਤੇ ਮਿੰਟੋ ਮਿੰਟੀ ਖੁੱਲ੍ਹੇ ਤੇ ਬਾਰੀ ਮਿੰਟੋ ਮਿੰਟੀ ਹੁੰਦੇ ਆ, ਇਸ ਕਰਕੇ ਉਹਨਾਂ ਆਪਣੇ ਜਿਹੜੇ ਖਾਸ ਖਾਸ ਬੰਦੇ ਸੀ ਉਹ ਕਾਂਗਰਸ ਵਿੱਚ ਰਿਸ਼ੂ ਕਰ ਦਿੱਤੇ ਆ ਜੀ, ਜੇ ਉਹ ਇੱਧਰ ਆ ਗਏ ਤੇ ਉਹ ਵੀ ਕਿਸੇ ਵੇਲੇ ਆ ਸਕਦੇ ਜੀ ਜੀ। ਔਰ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਤੋਂ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਜੁੜੇ ਹੋਏ ਹੋ। ਅਤੇ ਪੱਟੀ ਸਾਹਿਬ, ਗੱਲ ਇਹੀ ਆ ਗਈ, ਕਰੋਨਾ ਟੈਸਟ ਪ੍ਰਾਈਵੇਟ ਲੈਬਸ ਨੂੰ ਥੋੜ੍ਹੀ ਜਿਹੀ ਇਜਾਜ਼ਤ ਕੀ ਦਿੱਤੀ ਕਿ ਗੋਰਖ ਧੰਦਾ ਬਣ ਗਿਆ, ਡਾਕਟਰੀ ਪੇਸ਼ੇ 'ਤੇ ਕਲੰਕ ਲੱਗ ਗਿਆ ਹੈ। ਦੇਖੋ ਜੀ, ਆਪਾਂ ਤੁਹਾਨੂੰ ਪਤਾ ਇੱਕ ਪਹਿਲਾਂ ਗੱਲ ਕੀਤੀ ਸੀ ਅੱਜ ਤੋਂ 20-25 ਦਿਨ ਪਹਿਲਾਂ ਜੀ, ਉਹ ਗੱਲ ਸੀ ਤੁਹਾਡੀ ਮੱਧ ਪ੍ਰਦੇਸ਼ ਉਸ ਸ਼ਹਿਰ ਦੀ ਜਿਹਨੂੰ ਹਿੰਦੁਸਤਾਨ ਦੇ ਵਿੱਚ ਸਭ ਤੋਂ ਸਾਫ ਸੁਥਰਾ ਸ਼ਹਿਰ ਗਿਣਿਆ ਗਿਆ, ਇੰਦੌਰ ਜੀ। ਉੱਥੇ ਇੱਕ ਮੁਸਲਿਮ ਡਾਕਟਰ ਸੀ, ਉਹ ਸੇਵਾ ਕਰ ਰਿਹਾ ਸੀ ਮਰੀਜ਼ਾਂ ਦੇ ਕੋਰੋਨਾ ਦੇ, ਤੇ ਉਹਨੂੰ ਜਿਹੜਾ ਸੀ ਕੋਰੋਨਾ ਫਿਟ ਪੋਜ਼ਿਟਿਵ ਆ ਗਿਆ ਜੀ। ਉਹਦੀ ਵਾਈਫ ਵੀ ਡਾਕਟਰ ਸੀ, ਮੰਨੇ ਪਰਮੰਨੇ ਡਾਕਟਰ ਸੀ ਜੀ। ਉਹਨਾਂ ਨੇ ਸੋਚਿਆ ਵੀ ਚਲੋ ਅਸੀਂ ਜੇ ਐਡਮਿਟ ਹੋਣਾ ਤੇ ਅਸੀਂ ਕਿਸੇ ਪ੍ਰਾਈਵੇਟ ਹਸਪੀਟਲ ਹੋ ਜਾਂਦੇ, ਗਵਰਨਮੈਂਟ ਹਸਪੀਟਲ ਨਹੀਂ ਹੁੰਦੇ ਜੀ। ਜਿੰਨਾ 4-5 ਹਸਪੀਟਲ ਚ ਮੈਂ ਸਿੱਕਾ ਬੋਲਦਾ ਸੀਗਾ ਜੀ, ਜਦੋਂ ਗਏ ਉਹ ਕਿਸੇ ਨੇ ਨੀ ਉਹਨਾਂ ਨੂੰ ਹਾਮੀ ਨੀ ਪੜੀ ਵੀ ਤੁਸੀਂ ਦਾਖਲ ਹੋ ਜਾਓਗੇ ਜੀ। ਆਖਿਰਕਾਰ ਉਹਨਾਂ ਨੂੰ ਗਵਰਨਮੈਂਟ ਹਸਪੀਟਲ ਜਾ ਕੇ ਸ਼ਰਨ ਲੈਣੀ ਪਈ। ਉੱਥੇ ਕਰੀਬ ਇੱਕ ਹਫ਼ਤਾ ਉਹ ਡਾਕਟਰ ਸਾਹਿਬ ਰਹਿ ਕੇ, ਇੱਕ ਹਫ਼ਤੇ ਬਾਅਦ ਉਹਨਾਂ ਦੀ ਰਿਪੋਰਟ ਜਦੋਂ ਨੈਗੇਟਿਵ ਆਈ ਤੇ ਉਹਨਾਂ ਦੀ ਵਾਈਫ ਨੇ ਵੀ ਘਰ ਰਹਿ ਕੇ ਸੇਵਾ ਕੀਤੀ ਤੇ ਉਹ ਬਿਲਕੁਲ ਤੰਦਰੁਸਤ ਜੀ।
ਜਦੋਂ ਤੁਸੀਂ ਆਪਣੇ ਪੇਸ਼ੇ ਵਾਲਿਆਂ ਨੂੰ ਬਣਾਉਣ ਲਈ ਤਿਆਰ ਨਹੀਂ, ਬਾਕੀ ਕੀ ਰਹਿ ਗਿਆ? ਬਾਕੀਆਂ ਨੂੰ ਤੁਸੀਂ ਕਦੋਂ? ਹੁਣ ਅੰਮ੍ਰਿਤਸਰ ਦੀ ਗੱਲ, ਜਿਵੇਂ ਮੈਂ ਇੱਕ ਗੱਲ ਕਰਦਾ, ਮੇਰੇ ਪਿੰਡ ਦਾ ਸਿਪਾਹੀ ਹੁੰਦਾ ਸੀ, ਬੜੀ ਪੁਰਾਣੀ ਗੱਲ, ਮੈਂ ਬਹੁਤ ਛੋਟਾ ਹੁੰਦਾ ਸੀ, ਉਹਦਾ ਨਾਂ ਸੀ ਸਕੱਤਰ ਸਿੰਘ। ਅੱਛਾ ਜੀ। ਉਹਦੇ ਫਾਦਰ ਜਿਹੜਾ ਸੀ, ਉਹਦੀ ਜੇ ਬੜੀ ਜਾਨ ਹੋਵੇ ਤੇ ਮਤਲਬ ਥੋੜੇ ਜਿੰਨਾ ਜ਼ੋਰ ਹੁੰਦਾ ਸੀ, ਉਹ ਕਤਲ ਦੇ ਕੇ ਜੇਲ੍ਹ ਚਲਾ ਗਿਆ ਜੀ। ਜੇਲ੍ਹ ਦੇ ਵਿੱਚ ਉਹਦੇ ਕੋਲ ਕੱਲੇ ਕੋਲੋਂ ਕੋਹਨੂ ਗੁਰਾ ਜਾਂਦਾ ਸੀ ਜੀ, ਜੇ ਨਹੀਂ ਗੇੜਦਾ ਤੇ ਜਾਨਾਂ ਮਾਰੀ ਜਾਂਦੀਆਂ। ਉਹ ਇੰਨਾ ਹੀ ਇੰਨਾ ਉਹ ਦੁਖੀ ਹੋ ਗਿਆ, ਉਹਨੇ ਕੱਚ ਖਾ ਲਿਆ ਜੀ। ਜਦੋਂ ਕੱਚ ਖਾ ਲਿਆ ਤੇ ਉਹਦੇ ਪੇਟ ਦਰਦ ਹੋਣ ਲੱਗ ਪਈ, ਉਹ ਖਾ ਕੇ ਉਸ ਨਾਲ ਡਾਕਟਰ ਨੇ ਐਕਸਰੇ ਕੀਤਾ, ਉਹਨੇ ਕੁਝ ਕੱਚ ਖਾਧਾ ਸੀ ਤੇ ਉਹਨੂੰ ਰਿਲੀਜ਼ ਕਰ ਦਿੱਤਾ ਸੀ, ਬਾਅਦ ਤੋਂ ਜਾਣਾ ਉਹ ਘਰ ਜਾ ਮਰੇ। ਉਹਦਾ ਜਿਹੜਾ ਮੁੰਡਾ ਸੀ ਸਕੱਤਰ ਸਿੰਘ, ਉਹ ਪੁਲਿਸ ਦੀ ਭਰਤੀ ਹੋ ਗਏ। ਉਹਨੇ ਕੀ ਕੀਤਾ ਵੀ ਉਹਦੇ ਮੁੰਡੇ ਨੂੰ, ਉਸਦੇ ਪੁਲਿਸ ਵਾਲੇ ਦੇ ਮੁੰਡੇ ਨੂੰ ਜਿਹੜਾ ਸੀ ਉਹ ਸਾਡੇ ਚੌਂਕੀ ਕਿੱਤਾ ਪੱਕੇ ਪੈਂਦੀ, ਉਹ ਪੁਲਿਸ ਫੜ ਕੇ ਲੈਣ ਜੀ। ਜਦੋਂ ਉਹ ਫੜ ਕੇ ਲੈ ਗਈ ਤੇ ਉਹਨੂੰ ਜਾ ਕੇ ਦੱਸਿਆ ਵੀ ਤੇਰੇ ਮੁੰਡੇ ਨੂੰ ਫੜ ਕੇ ਲੈ ਗਈ, ਤੇ ਉਹਨੇ ਜਵਾਨ ਨੇ ਵਰਦੀ ਪਾਈ ਤੇ ਵਰਦੀ ਪਾ ਕੇ ਤੇ ਥਾਣੇ ਜਾ ਵੜਿਆ ਤੇ ਦਾਰੂ ਪੀਤੀ ਜੀ। ਉਹ ਜਾ ਕੇ ਥਾਣੇਦਾਰ ਨੂੰ ਸਲੂਕ ਮਾਰੀ, ਕਹਿੰਦਾ ਸਕੱਤਰ ਸਿੰਘ ਆ ਦੱਸ ਕਿਵੇਂ ਆਇਆ? ਕਹਿੰਦਾ ਜੀ ਮੈਨੂੰ ਇਹ ਗੱਲ ਦੱਸੋ ਵੀ ਕੁੱਤੇ ਦਾ ਮਾਸ ਕੁੱਤਾ ਖਾ ਲੈਂਦਾ? ਉਹ ਕਹਿੰਦਾ ਤੇਰਾ ਮਤਲਬ ਕੀ ਨਾ, ਤੁਸੀਂ ਮੇਰਾ ਮੁੰਡਾ ਫੜ ਕੇ ਪਾਇਆ ਕੱਲ ਨੀ ਪਾਇਆ ਇੱਥੇ ਜੀ? ਕਹਿੰਦਾ ਜਾ ਲੈ ਜਾ ਤੂੰ ਮੁੰਡਾ, ਲੈ ਜਾ ਕੁੱਤੇ ਦੀ ਹਾਂ ਗੱਲ ਨਾ ਕੋਈ ਕੁੱਤੇ ਵਾਲੀ ਗੱਲ ਨਾ, ਤੂੰ ਲੈ ਜਾ ਬੁੱਢਾ ਆਪਣਾ ਜੀ। ਉਹ ਹਾਲੇ ਵੀ ਡਾਕਟਰਾਂ ਦੇ ਡਾਕਟਰ ਬੜੇ ਮਾਸ ਖਾਣ ਡੇ। ਅੰਮ੍ਰਿਤਸਰ ਦੇ ਵਿੱਚ ਡਾਕਟਰ ਇੱਕ ਨਾ ਪਤਾ ਨੂੰ ਲੈਣਾ ਡੀਬੀ ਦਾ, ਉਹਦਾ ਅੰਮ੍ਰਿਤਸਰ ਦੇ ਵਿੱਚ ਡਾਕਟਰ ਉਹ ਪ੍ਰੈਗਨੈਂਟ ਆ, ਉਹਦਾ ਹਸਬੈਂਡ ਅਮਰੀਕੀ ਡਾਕਟਰ ਨਹੀਂ ਗਿਆ ਜੀ, ਉਹ ਪ੍ਰੈਗਨੈਂਟ ਉਹ 9th ਮੰਥ ਚੱਲ ਰਿਹਾ ਤੇ ਉਹਨੇ ਅਪੋਲੋ ਹਾਸਪਿਟਲ ਨੂੰ ਅਪਰੋਚ ਕੀਤੀ ਵੀ ਮੇਰੀ ਤੁਸੀਂ ਡਿਲੀਵਰੀ ਇੱਥੇ ਕਰਾਉਣੀ ਜੀ। ਉਹਨਾਂ ਨੇ ਕੀ ਕੀਤਾ ਵੀ ਪਹਿਲਾਂ ਤੁਹਾਨੂੰ ਕੋਰੋਨਾ ਟੈਸਟ ਕਰਾਉਣਾ ਪੈਣਾ, ਉਹ ਕੋਰੋਨਾ ਟੈਸਟ ਕਰਾਉਣ ਵਾਸਤੇ ਦੀ ਫੀਸ 4500 ਰੁਪਇਆ ਲੈਬ ਜਮ੍ਹਾਂ ਹੋਣੀ ਸੀ, ਉਹਨਾਂ ਡਾਕਟਰਾਂ ਨੇ ਆਪਣੇ ਕੋਲ ਜਮ੍ਹਾਂ ਕਰ ਲਈ ਤੇ ਆਹ ਲਓ ਪਰਚੀ ਤੁਸੀਂ ਟੈਸਟ ਕਰਾ ਕੇ ਆਏ। ਅੱਛਾ ਜੀ। ਜਦੋਂ ਉਹ ਟੈਸਟ ਕਰਾਉਣ ਗਏ ਤੇ ਉਹਨਾਂ ਨੂੰ ਕਹਿਤਾ ਤੁਹਾਡਾ ਸੈਂਪਲ ਹੈਗਾ ਘਰ ਚਲ ਜਾਓ ਜੀ। ਘਰ ਨੂੰ ਜਾਣ ਤੋਂ ਬਾਅਦ ਮੁੜ ਕੇ ਸ਼ਾਮੀ ਨੇ ਰਿਪੋਰਟ ਦਿੱਤੀ ਕਿ ਤੁਹਾਡਾ ਟੈਸਟ ਪੋਜ਼ਿਟਿਵ ਆਇਆ ਤੇ ਤੁਹਾਨੂੰ ਪੁਲਿਸ ਤੇ ਉਹਨਾਂ ਡਾਕਟਰ ਲੈਣ ਵਾਸਤੇ ਟੀਮ ਆ ਗਈ ਜੀ। ਰਾਤ ਨੂੰ 11 ਵਜੇ ਉਹਨਾਂ ਦੇ ਘਰ ਡਾਕਟਰ ਜਾਂਦੇ ਆ ਵੀ ਤੁਹਾਡੀ ਇਹ ਮਰੀਜ਼ ਫਲਾਣੇ ਦਾ ਚਾਹੇ ਫਲਾਣੇ ਡਾਕਟਰ ਇਹਦੀ, ਕਹਿੰਦਾ ਬਿਲਕੁਲ ਫਿਰ ਇਹਦੀ ਹੈ ਜੀ, ਜਦੋਂ ਕੋਈ ਪ੍ਰੋਬਲਮ ਨਹੀਂ, ਕੋਈ ਖਾਂਸੀ ਨਹੀਂ, ਕੋਈ ਗੰਧ ਨਹੀਂ, ਕੋਈ ਟੈਂਪਰੇਚਰ ਕੁਛ ਨਹੀਂ ਗਾ ਜੀ। ਉਹਨੂੰ ਕੀ ਕੀਤਾ ਵੀ ਰਾਤ ਦੇ 1 ਵਜੇ ਆ ਕੇ ਜਿਹੜੀ ਸੀ ਉਹ ਟੀਮ ਆਈ ਤੇ ਘਰੋਂ ਚੁੱਕ ਕੇ ਉਹਨੂੰ ਲੈ ਗਈ ਆ ਕੁਆਰੰਟਾਈਨ ਸੈਂਟਰ ਦੇ ਵਿੱਚ ਜੀ। ਕੁਆਰੰਟਾਈਨ ਸੈਂਟਰ 'ਚ ਖੜ ਕੇ ਅਗਲੇ ਦਿਨ ਜਿਹੜਾ ਸਰਕਾਰੀ ਤੌਰ ਤੇ ਲੈਬ ਸੀ ਜਿਹੜੀ ਉੱਥੇ ਉਹਨਾਂ ਨੇ ਟੈਸਟ ਕੀਤਾ, ਇੰਫਰੀਜਾ ਲੈਬ ਜਿਹੜੀ ਹੁੰਦੀ ਸੀ ਉਹਨਾਂ ਦੀ ਮੈਡੀਕਲ ਕਾਲਜ ਦੇ ਵਿੱਚ ਜੀ, ਉੱਥੇ ਟੈਸਟ ਉਹਦਾ ਨੈਗੇਟਿਵ ਆਇਆ। ਨੈਗੇਟਿਵ ਆਉਣ ਤੋਂ ਬਾਅਦ ਉਹ ਕੁੜੀ ਦਾ ਸੁਣ ਲੱਗਿਆ ਵੀ ਇੱਕ ਟੈਸਟ ਨੈਗੇਟਿਵ ਆਇਆ, ਇੱਕ ਟੈਸਟ ਹੋਰ ਕਰਾਂਗੇ ਉਹ ਨੈਗੇਟਿਵ, ਫਿਰ ਛੁੱਟੀ ਦੇਵੇ ਤੁਹਾਨੂੰ। ਦੂਸਰਾ ਫਿਰ ਕੀਤਾ ਉੱਥੇ ਨੈਗੇਟਿਵ ਆਇਆ, ਉਹਨੂੰ ਛੁੱਟੀ ਮਿਲ ਗਈ ਉੱਥੋਂ ਵੀ ਤੁਸੀਂ ਜਾ ਸਕਦੇ। ਉਹ ਬੀਬੀ ਨੇ ਜਾ ਕੇ ਅਪੋਲੋ ਹੋਸਪਿਟਲ ਕੋਈ ਫਿਰ ਜਾ ਕੇ ਕਿਹਾ, ਉਹਦਾ ਨਾਲ ਜਿਹੜਾ ਸੀ ਸਹੁਰਾ ਗਿਆ, ਨਾਲ ਸੱਸ ਗਈ, ਨਾਲ ਰਿਸ਼ਤੇਦਾਰ ਗਏ, ਕਹਿਣ ਲੱਗੇ ਵੀ ਭਾਈ ਤੁਸੀਂ ਆਹ ਦੇਖੋ ਸਾਡਾ ਅਲੱਗ ਕਰਦੇ। ਉਹ ਕਹਿੰਦੇ ਬਿਲਕੁਲ ਨੀ ਜੀ, ਸਾਨੂੰ ਕੀ ਪਤਾ ਤੁਹਾਡੇ ਰਿਪੋਰਟ ਕਿੱਥੋਂ ਲੈ ਕੇ ਆਏ ਤੁਸੀਂ, ਤੁਹਾਡਾ ਪੋਜ਼ਿਟਿਵ ਆਇਆ ਸੀਗਾ ਜੀ। ਉਹਨਾਂ ਨੇ ਉਹ ਬੀਬੀ ਨੂੰ ਦਾਖਲ ਕਰਨ ਦੀ ਬਜਾਏ ਸ਼ਿਕਾਇਤ ਕਰਕੇ ਤੇ ਉਹਨਾਂ ਦੇ ਪਰਿਵਾਰ ਦੇ 13 ਮੈਂਬਰ ਤੇ ਨਾਲ 2 ਘਰ ਦੇ ਨੌਕਰ 15 ਦੇ ਸਿਰ ਟੈਸਟ ਕਰਾਏ ਜੀ। ਕਹਾਣੀ ਪੇਚੀ ਆ ਕੇ ਮੁੱਖ ਦਿੱਤੀ ਆ ਕੇ ਜੇ ਇੱਕ ਦਾ ਪੋਜ਼ਿਟਿਵ ਆਇਆ ਤੇ ਉਹ ਘਰ ਚ ਰਹਿੰਦੀ ਹੈ ਤੇ ਬਾਕੀ ਨੇ ਵੀ ਕਰਾਓਗੇ ਤੇ ਘੱਟੋ ਘੱਟ ਫੀਸ ਤੇ 4500 ਪਰ ਇੰਡੀਪੈਂਡੈਂਟ ਮਿਲੇਗੀ। ਲੇਕਿਨ ਉਹਨਾਂ ਨੇ ਟੈਸਟ ਉੱਥੇ ਨਹੀਂ ਕਰਾਇਆ, ਉਹਨਾਂ ਫਿਰ ਮੈਡੀਕਲ ਕਾਲਜ ਕਰਾਏ ਤੇ ਉਹ ਸਾਰੇ ਦੇ ਸਾਰੇ ਨੈਗੇਟਿਵ ਹੈ। ਅੱਛਾ ਜੀ। ਉਹ ਬੀਬੀ ਜਿਹੜੀ ਪ੍ਰੈਗਨੈਂਟ ਹੈਗੀ ਆ, ਉਹਦਾ ਕੋਈ ਹੋਸਪਿਟਲ ਡਿਲੀਵਰੀ ਕਰਾਉਣ ਤਿਆਰ ਨਹੀਂ ਸੀ, ਇਹ ਡਾਕਟਰ ਆ ਡਾਕਟਰ ਹੋ ਦੱਸੋ। ਲੇਕਿਨ ਹੁਣ ਆ ਕੇ ਅਮਨਦੀਪ ਸਪੈਸ਼ਲ ਹੋਸਪਿਟਲ ਜਿਹੜਾ ਹੈਗਾ ਵਾ, ਉਹਨਾਂ ਨੇ ਉਹਦੀ ਰਿਪੋਰਟਾਂ ਚੈੱਕ ਕੀਤੀਆਂ ਤੇ ਉਹਨੂੰ ਐਡਮਿਟ ਕੀਤਾ ਤੇ ਉਹ ਇੰਨੀ ਕੁ ਵੀਕ ਹੋ ਚੁੱਕੀ, ਉਹਨੂੰ ਬਲੱਡ ਦਿੱਤਾ ਜਾਂਦੇ ਹਨ। ਅੱਛਾ ਜੀ। ਅਜੇ ਹਾਲਤ ਉਹਦੀ ਸੀਰੀਅਸ ਆ, ਅਜੇ ਪਤਾ ਨੀ ਕੀ ਬਣਨਾ ਕੀ ਨਹੀਂ ਬਣਨਾ, ਲੇਕਿਨ ਉਮੀਦ ਆ ਕੇ ਉੱਥੇ ਉਹਦੀ ਡਿਲੀਵਰੀ ਹੋਏਗੀ ਤੇ ਉਹ ਕੁੱਤੇ ਦਾ ਕੁੱਤਾ ਮਾਸ ਵਾਲੀ ਗੱਲ ਬਣੇਗੀ, ਉਹ ਖਾਈ ਜਾਣ ਡਿਆ ਗਿਆ। ਦੱਸੋ 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 ਕੀ ਕਰੋਗੇ? ਤੇ ਰਿਪੋਰਟ ਕੀਤੀ ਉਹਦੇ ਤੇ ਸ਼ਿਕਾਇਤ ਕੀਤੀ ਘਰ ਵਾਲਿਆਂ ਨੇ। ਅੱਛਾ। ਉਹਨਾਂ ਨੇ ਫਿਰ ਡਾਇਰੈਕਟਰ ਨੂੰ ਸ਼ਿਕਾਇਤ ਕੀਤੀ, ਸੈਕਟਰੀ ਨੂੰ ਸ਼ਿਕਾਇਤ ਕੀਤੀ, ਸੈਕਟਰੀ ਨੇ ਨਿਕਲ ਕੇ ਕਿ ਪ੍ਰਾਈਵੇਟ ਲੈਬ ਵਾਲੇ ਸਿਰਫ ਸੈਂਪਲ ਲੈ ਸਕਦੇ ਆ, ਬਾਕੀ ਟੈਸਟ ਤੁਸੀਂ ਆਪਣੀ ਸਰਕਾਰੀ ਲੈਬ 'ਚ ਕਰਾਂਗੇ, ਸਰਕਾਰੀ ਲੈਬ 'ਚ ਕਰਾਂਗੇ ਜੀ ਜੀ। ਦੂਸਰੀ ਚੀਜ਼ ਨੇ ਜਿਹੜਾ ਸਿਵਲ ਸਰਜਨ ਇੱਥੋਂ ਦਾ, ਉਹਨੇ ਇੱਕ ਰਿਪੋਰਟ ਤਿਆਰ ਕੀਤੀ ਵੀ ਇਹ ਲੈਬ ਵੇਲੇ ਦੀਆਂ ਸਾਨੂੰ ਅੱਗੇ ਵੀ ਬਹੁਤ ਜਿਹੜੀ ਸ਼ਿਕਾਇਤਾਂ ਆ ਚੁੱਕੀਆਂ ਤੇ ਇਹ ਗੜਬੜ ਕਰਦੇ ਆ ਤੇ ਇਹ ਜਿਹੜੀ ਆ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਹੁਣ ਕਾਰਵਾਈ ਹੁੰਦੀ ਜਾਂ ਨਹੀਂ ਹੁੰਦੀ ਉਹ ਵੱਖਰੀ ਗੱਲ ਆ,
लेकिन सरकार नूं चाहीदा जां महकमे नूं चाहीदा वी उहदी सच्चाई समझ लैंदी है वी इह क्यों इहो जिहे कम कर रहे जी। बड़ा हैरानी हुंदी है जी, ਤੇ ਬੜੀਆਂ ਚਰਚਾਵਾਂ ਆ ਗਈਆਂ ਨੇ ਅੱਜ, ਭਾਵੇਂ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਕਹਿ ਦਿੱਤਾ ਕਿ ਲਾਕਡਾਊਨ ਵਾਲੀ ਸਾਡੀ ਕੋਈ ਮਨ 'ਚ ਸ਼ੰਕਾ ਨਹੀਂ ਹੈਗੀ ਹੈ, ਤੁਸੀਂ ਕੰਮ ਕਰੋ, ਪਰ ਦਿੱਲੀ ਦੀ ਜਾਮਾ ਮਸਜਿਦ ਕਹਿੰਦੇ ਫਿਰ ਬੰਦ ਹੋ ਸਕਦੀ ਹੈ। ਨਹੀਂ ਉਹਨਾਂ ਦੇ ਤੁਹਾਨੂੰ ਪਤਾ ਜੀ, ਉਹਨਾਂ ਦੇ ਇੱਕ ਜਿਹੜਾ ਡਿਪਟੀ ਹੈਗਾ ਸੀ ਮੌਲਵੀ ਜੀ, ਉਹਦੀ ਉੱਥੇ ਡੈਥ ਹੋ ਗਈ। ਅੱਛਾ ਜੀ, ਉਹਦੀ ਕੋਰੋਨਾ ਕਰਕੇ ਡੈਥ ਹੋ ਗਈ, ਮਤਲਬ ਸ਼ਾਹੀ ਮੌਲਵੀ ਹੈਗੇ ਨਾ ਪੀਆਰਓ, ਉਹਦੀ ਪੀ ਆਰ ਓ ਦੀ ਡੈਥ ਹੋ ਗਈ ਆ ਇਹਦੇ ਕੋਰੋਨਾ ਦੇ ਕਾਰਨ, ਤੇ ਇਸ ਕਰਕੇ ਸ਼ਾਹੀ ਇਮਾਮ ਜਿਹੜਾ ਉੱਥੋਂ ਦਿੱਲੀ ਜਮਾ ਮਸਜਿਦ ਆ ਉਹਨੇ ਇੰਨੀ ਗੱਲ ਕਹੀ ਹੈ, ਆਪਣੇ ਲੋਕਾਂ ਦੇ ਕੋਲੋਂ ਉਹਨੇ ਰਾਏ ਮੰਗੀ ਹੈ ਜੀ ਵੀ ਦਿੱਲੀ ਦੇ ਵਿੱਚ ਹਾਲਤ ਬਹੁਤੇ ਠੀਕ ਨਹੀਂ, ਕਿਉਂ ਨੀ ਆਪਾਂ ਜਾਮਾ ਮਸਜਿਦ ਬੰਦ ਕਰ ਦਿੱਤੇ, ਤੇ ਬਹੁਤ ਸਾਰੇ ਲੋਕਾਂ ਨੇ ਉਹ ਬੰਦ ਕਰਨ ਦਾ ਜਿਹੜਾ ਸੁਝਾਅ ਦਿੱਤਾ ਵਾ ਜੀ। ਉਹਨਾਂ ਕਿ ਜੇ ਆਉਣਗੇ ਚੰਦ ਬੰਦੇ ਆ ਕੇ ਆਪਣੀ ਡਿਸਟੈਂਸ ਰੱਖ ਕੇ ਜਿਹੜੀ ਨਮਾਜ਼ ਪੜ੍ਹ ਸਕਦੇ, ਦੇਖੋ ਸਾਰੇ ਲਾਉਣ, ਬਾਕੀ ਆਪਣੇ ਘਰਾਂ 'ਚ ਬੈਠ ਬੈਠ ਕੇ ਨਮਾਜ਼ ਪੜ੍ਹਨ ਜੀ। ਇਹ ਚੰਗੀ ਗੱਲ ਮੈਂ ਸੁਣਦਾ ਵੀ ਉਹਨਾਂ ਨੇ ਬਹੁਤ ਸੋਹਣਾ ਡਿਸੀਜਨ ਲਿਆ ਵਾ, ਬਹੁਤ ਚੰਗਾ ਡਿਸੀਜਨ ਲਿਆ ਵਾ ਇਹਦੇ ਕਰਕੇ ਵੀ ਦਿੱਲੀ 'ਚ, ਦਿੱਲੀ ਦੇ ਵਿੱਚ ਮਹਾਰਾਸ਼ਟਰ 'ਚ ਸਭ ਤੋਂ ਮਾੜੀ ਹਾਲਤ ਇਸ ਵੇਲੇ ਹੈਗੀ ਆ ਜੀ, ਜਿੱਥੇ ਰਿਕਵਰੀ ਚਲੋ ਭਾਵੇਂ 50% ਹੈਗੀ ਆ, ਸਾਡੇ 86% ਰਿਕਵਰੀ ਪੰਜਾਬ 'ਚ ਹੈਗੀ, ਅਸੀਂ ਫਿਰ ਕਿਤੇ ਮਾੜੀ ਹਾਲਤ ਜੀ, ਅਸੀਂ ਫਿਰ ਅਜੇ ਕਿਤੇ ਬਹੁਤੀ ਵਧੀਆ ਮਾਲਤ ਹਾਲਤ ਨਹੀਂ ਹੈਗੀ। ਇਸ ਕਰਕੇ ਉਹਨਾਂ ਨੇ ਜਾਮਾ ਮਸਜਿਦ ਹੈਗਾ ਵਾ ਸੈਯਦ ਅਹਿਮਦ ਬੁਖਾਰੀ ਜੀ, ਉਹਨੇ ਕਿਹਾ ਵੀ ਕੋਵਿਡ-19 ਨੂੰ ਰੱਖ ਕੇ ਅਸੀਂ ਚਾਹੁੰਦੇ ਹਾਂ ਵੀ ਇਹਨੂੰ ਬੰਦ ਕੀਤਾ ਜਾਵੇ, ਤੇ ਜੇ ਉਹ ਬੰਦ ਕਰ ਦਿੰਦੇ ਚੰਗੀ ਗੱਲ, ਤੇ ਘਰਾਂ 'ਚ ਆਪਣੀ ਨਮਾਜ਼ ਪੜ੍ਹ ਲਓ। ਲੇਕਿਨ ਦੂਜੇ ਪਾਸੇ ਲੋਕਡਾਊਨ ਖੁੱਲ ਜਾਣ ਦੇ ਬਾਵਜੂਦ ਵੀ, ਕਰਫਿਊ ਹਟ ਜਾਣ ਦੇ ਬਾਵਜੂਦ ਵੀ, ਜਿਸ ਗਿਣਤੀ ਨਾਲ ਇਹ ਸੋਚਿਆ ਜਾ ਰਿਹਾ ਸੀ ਦਰਬਾਰ ਸਾਹਿਬ ਸੰਗਤਾਂ ਆਉਣੀਆਂ, ਲੋਕ ਨਹੀਂ ਆਏ, ਲੋਕ ਖੁਦ ਹੀ ਡਰ ਰਹੇ ਨੇ ਕਿ ਜੇ ਇਕੱਠੇ ਹੋਏ ਇੱਕ ਨੂੰ ਲਾਗ ਲੱਗ ਗਈ ਤੇ ਮੁੜ ਕੇ ਜਿਹੜਾ ਵਾ ਉਹ ਕੀ ਬਣੂ ਸਾਡਾ। ਇੱਕ ਰਿਪੋਰਟ ਛੱਪੀ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਇਹ ਮੁਲਾਜ਼ਮ ਨੂੰ, ਇੱਕ ਜਿਹਦੇ ਦੇ ਵਿੱਚ 12 ਮਰੀਜ਼ ਆਏ ਨੇ ਪੋਜ਼ਿਟਿਵ, ਜਿਸ ਵਿੱਚ ਸ਼੍ਰੋਮਣੀ ਕਮੇਟੀ ਮੁਲਾਜ਼ਮ ਆ, ਤੇ ਸ਼੍ਰੋਮਣੀ ਕਮੇਟੀ ਨੂੰ ਸਪਸ਼ਟੀਕਰਨ ਦੇਣਾ ਪਿਆ ਵਾ ਕਿ ਇਹ ਖਬਰ ਗਲਤ ਹੈ, ਸਾਡਾ ਕੋਈ ਵੀ ਮੁਲਾਜ਼ਮ ਕੋਰੋਨਾ ਪੋਜ਼ਿਟਿਵ ਨਹੀਂ। ਜੇ ਇਹ ਖਬਰ ਜਿਹੜੀ ਚੱਲੀ ਗਈ ਆ, ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਜਿਹੜਾ ਉਹ ਪੋਜ਼ਿਟਿਵ ਕੋਰੋਨਾ ਹੈਗਾ, ਤੇ ਮੇਰੇ ਖਿਆਲ ਜਿਹੜੇ ਮਾੜੇ ਮੋਟੇ ਵਿਚਾਰ ਬਣਾਇਆ ਉਹਨਾਂ ਜਮਥਾ ਦੇ ਗਈ, ਉਹਨਾਂ ਵੀ ਨਹੀਂ ਹੋਣਾ ਜੀ ਜੀ। ਇਸ ਕਰਕੇ ਅਜੇ ਵੀ ਗਿਣਤੀ ਜਿਹੜੀ ਆ ਜਿਸ ਤਰੀਕੇ ਨਾਲ ਚਾਹੀਦੀ ਸੀ ਉਸ ਤਰੀਕੇ ਤਾਂ ਨਹੀਂ ਆ ਰਹੀ, ਲੋਕ ਆ ਰਹੇ ਨੇ ਥੋੜੇ ਥੋੜੇ ਕਰਕੇ ਆ ਰਹੇ ਆ, ਦੇਖ ਅਜੇ ਲੋਕੀ ਡਰ ਰਹੇ ਨੇ ਵੀ ਇੱਥੇ ਕੋਈ ਕੋਰੋਨਾ ਦਾ ਪੈ ਜਾਵੇ। ਇਹਦਾ ਵੈਸੇ ਹੁਣ ਵੇਖਿਆ ਕਿ ਇਹ ਬੱਸਾਂ ਤੇ ਹੋਰ ਜੋ ਮਰਜ਼ੀ ਕਰੀ ਚੱਲੋ ਠੀਕ ਹੈ, ਬਾਜ਼ਾਰਾਂ ਦੇ ਵਿੱਚ ਭੀੜ ਹੈ, ਪਰ ਮੈਨੂੰ ਕਿਤੇ ਨਾ ਕਿਤੇ ਪੇਂਡੂ ਬੰਦੇ ਸਿਆਣੇ ਨਜ਼ਰ ਆ ਰਹੇ ਨੇ ਇਸ ਮਾਮਲੇ ਦੇ ਵਿੱਚ ਲੈ ਕੇ ਸ਼ਹਿਰੀਆਂ ਨਾਲ। ਦੋ ਤਿੰਨ ਗੱਲਾਂ ਜੀ, ਪੇਂਡੂਆਂ ਕੋਲ ਤੋਂ ਟਾਈਮ ਹੀ ਨਹੀਂ ਹੈਗਾ ਨਾ, ਹਾਂ ਉਧਰ ਝੋਨਾ ਵੀ ਆ ਗਿਆ ਨਾ, ਇਹ ਝੋਨਾ ਵੀ ਸਿਰ ਖਾਣ ਲੱਗ ਗਿਆ, ਝੋਨੇ ਦੇ ਵਿੱਚ ਕੋਈ ਕੀ ਕੁਝ ਹੋਣ ਲਿਆ, ਉੱਥੇ ਲੜਾਈਆਂ ਹੋਣੀਆਂ, ਕੋਈ ਕਿਦਾਂ ਜੀ ਨਹੀਂ ਕਰ ਦੋਗੇ ਨਾ, ਜੀ ਨਹੀਂ ਕਰਨਾ ਹੈ। ਪਰ ਨਾਲ ਦੀ ਨਾਲ ਆਪਾਂ ਗੱਲ ਕਰੀਏ ਤਾਂ ਆਪਾਂ ਤਾਂ ਜਾਮਾ ਮਸਜਿਦ ਦੀ ਕੀਤੀ ਹੈ, ਕਹਿੰਦੇ ਮੱਧ ਪ੍ਰਦੇਸ਼ 'ਚ ਇੱਕ ਸੀਗਾ, ਉਹ ਕਹਿੰਦਾ ਹੱਥ ਚੁੰਮ ਕੇ ਕਹਿੰਦੇ ਕਰੋਨਾ ਠੀਕ ਕਰਦਾ ਸੀ, ਉਹਦਾ ਕੀ ਬਣਿਆ ਜੀ? ਹਾਂਜੀ, ਇੱਕ ਬਾਬਾ ਸੀ ਉੱਥੇ ਸਾਹ ਸੀਗਾ, ਕਹਿੰਦਾ ਸੀ ਮੇਰੇ 'ਚ ਸ਼ਕਤੀ ਆ ਗਈ, ਮੈਂ ਤੁਹਾਡਾ ਕਰੋਨਾ ਜਿਹੜਾ ਕਰੋਨਾ ਮੈਂ ਹੱਥ ਚੁੰਮ ਕੇ ਜਿਹੜਾ ਉਹ ਖਤਮ ਕਰ ਦਿੱਤਾ। ਅੱਛਾ ਜੀ, ਤੇ ਲੋਕ ਆਉਣੇ ਸ਼ੁਰੂ ਹੋ ਗਏ। ਉਹਨੇ 29 ਬੰਦਿਆਂ ਦੇ ਹੱਥ ਚੁੰਮੇ ਤੇ ਖੁਦ ਬਿਮਾਰ ਹੋ ਗਿਆ, ਤੇ ਬਿਮਾਰ ਹੋਣ ਤੋਂ ਬਾਅਦ ਉਹਨੂੰ ਹਸਪੀਟਲ ਲੈ ਕੇ ਗਏ, ਜਿੱਥੇ 2 ਦਿਨ ਬਾਅਦ ਉਹਦੀ ਮੌਤ ਹੋ ਗਈ। ਅੱਛਾ ਜੀ, ਕਰੋਨਾ ਨਾਲ। ਹੁਣ ਕਰੋਨਾ ਉਹਨੂੰ ਆਪ ਨੂੰ ਸੀ ਜਾਂ ਕਿਤੋਂ ਬਾਹਰੋਂ ਪ੍ਰਸ਼ਾਦ ਮਿਲਿਆ, ਤੇ ਪਤਾ ਕੋਈ ਨਹੀਂ ਲੱਗਾ ਜੀ। ਲੇਕਿਨ ਜਿਹੜੇ ਲੋਕ ਸਾਡੇ ਵੇਖੋ ਕਿੱਡੇ ਬੰਨ ਭੋਲੇ ਨੇ, ਕਿ ਉਹਦੇ ਕੋਲ ਕਿਹੜੀ ਪਾਵਰ ਹੈਗੀ। ਹਾਂ ਹਾਂ, ਆਪਾਂ ਅੱਗੇ ਵੀ ਗੱਲ ਕਰਦੇ ਸੀ, ਅੱਜ ਧਰਮ ਛੁੱਟੀ ਤੇ ਆ, ਵਿਗਿਆਨ ਡਿਊਟੀ ਤੇ ਆ, ਵਿਗਿਆਨ ਡਿਊਟੀ, ਅੱਜ ਵਿਗਿਆਨ ਦੀ ਗੱਲ, ਵਿਗਿਆਨ ਦੇ ਨਾਲ ਤੁਸੀਂ ਚੱਲੋ। ਕਰੋਨਾ ਇੱਕ ਬਿਮਾਰੀ ਆ, ਬਿਮਾਰੀ ਦਾ ਇਲਾਜ ਜਿਹੜਾ ਉਹ ਦਵਾਈ ਨੇ ਕਰਨਾ, ਉਹ ਡਾਕਟਰ ਨੇ ਕਰਨਾ। ਆਸ ਤਾਂ ਤੁਹਾਡੀ ਇੱਕ ਅਲੱਗ ਮੈਟਰ ਹੈਗਾ ਜੀ। ਹੁਣ ਉਹ ਸ਼ਹਿਰ ਦੇ ਵੀ ਤੁਸੀਂ ਵੇਖੋ ਵੀ 29 ਬੰਦਿਆਂ ਦੇ ਹੱਥ ਚੁੰਮੇ ਉਹਦੇ, ਜਾਂ ਕਰੋਨਾ ਪੀੜਿਤ ਕਿਹੜਾ, ਇਹ ਆਪ ਪੀੜਿਤ ਸੀ ਜਾਂ ਉਹ ਪੀੜਿਤ ਸੀ? ਹੁਣ ਉਹ 29 ਬੰਦੇ ਜਿਹਾ ਉਹਨਾਂ ਨੇ ਜਿਹੜੇ ਸਾਰੇ ਲੱਗੇ ਸੀ, ਉਹ ਸਾਰਿਆਂ 'ਚੋਂ ਉੱਤਰੇ ਪੁਲਿਸ ਜਿਹੜੀ ਰੇਡ ਕਰ ਰਹੀ ਹੈ, ਸਾਨੂੰ ਫੜ ਕੇ ਹੋਸਪਿਟਲ ਜਾ ਰਹੀ ਵੀ ਜਾਓ ਇਹ ਤੇ ਮਰ ਗਿਆ ਤੇ ਬਾਕੀ ਤੇ ਬਚਾ ਲਈਏ ਅਸੀਂ। ਆਪ ਅਜੇ ਵੀ ਲੋਕਾਂ ਦੇ ਵਿੱਚ ਇਹ ਭਰਮ ਭੁਲੇਖੇ ਦੂਰ ਨਹੀਂ ਹੋ ਰਹੇ ਕਿ ਬਾਬੇ ਤੇ ਸਾਧ ਲਾਣੇ ਜਿਹੜੇ ਸਾਨੂੰ ਠੀਕ ਕਰ ਦੇਣਗੇ, ਬੱਚੇ ਕੋਈ ਜਾਦੂ ਮੰਤਰ ਕਰ ਦੇਣਗੇ, ਪੀਕੂ ਨਾ ਕਰ ਦੇਣਗੇ। ਤੁਸੀਂ ਇੱਕ ਫੜਿਆ ਸੀ ਬੰਦਾ ਆਂਡਿਆਂ ਵਾਲਾ ਜਿਹੜਾ ਟੂਣਾ ਕਰਨ ਡਿਆ ਸੜਕ ਦੇ, ਕਰੋਨਾ ਕਰੋਨਾ ਬੈਠੇ ਬੈਠੇ ਨੇ ਦੋ ਮੰਤਰੀਆਂ ਤੇ
ਲੀਡਰਾਂ ਦੇ ਨਾਂ ਗਿਣਾਤੇ, ਕਹਿੰਦਾ ਮੈਂ ਉਹਨਾਂ ਦਾ ਵੀ ਦੁੱਖ ਦੂਰ ਕਰਦਾ, ਕਹਿੰਦਾ ਉਹਨਾਂ ਨੂੰ ਪੁੱਛ ਕੇ ਜਾ ਕੇ ਦੇਖ ਲਓ, ਕਹਿੰਦਾ ਉਹਦੀ ਸ਼ਕਲ ਦੇਖੀ ਤੁਸੀਂ ਆਪਣੀ ਦੱਸੋ ਹੈਂ ਖਬਰ ਲਾ ਤੀ ਭਾਵੇਂ ਨਾਮ ਮਤਲਬ ਨਹੀਂ ਲਿਖਿਆ ਬਖਤ ਨੂੰ ਫੜਿਆ ਰਿਹਾ ਵਿਚਾਰਾ। ਇਸ ਕਰਕੇ ਇਹ ਜਿਹੜੇ ਵੱਡੇ ਲੋਕ ਹੈ ਨਾ, ਖਾਸ ਕਰਕੇ ਪੋਲੀਟੀਸ਼ੀਅਨ ਦੀ, ਇਹ ਬਹੁਤ ਡਰਦੇ ਨੇ। ਇਹ ਸਾਰਾ ਸੰਤਾਂ ਦੇ ਕੀ ਪੰਡਤਾਂ ਦੇ ਕੀ, ਇਹ ਬਹੁਤ ਜਾਂਦੇ ਨੇ। ਆਮ ਲੋਕ ਜਿਹੜਾ ਉਹ ਸਗੋਂ ਅਵਾਇਡ ਕਰਦਾ ਵੀ ਨਹੀਂ ਯਾਰ ਇਹਨਾਂ ਨੂੰ ਕੁਛ ਨੀ ਹੈਗਾ, ਅੱਜ ਜਮਾਨਾ ਵਿਗਿਆਨ ਦਾ, ਵਿਗਿਆਨ ਦੀ ਗੱਲ ਕਰੋ, ਵਿਗਿਆਨ ਦੇ ਸਹਾਰੇ ਚਲੋ, ਵਿਗਿਆਨ ਨੂੰ ਨਾਲ ਲੈ ਕੇ ਚਲੋ। ਆਸ ਤਾਂ ਸਾਡੀ ਇੱਕ ਅਲੱਗ ਮੈਟਰ, ਆਸ ਤਾਂ ਸਾਡੀ ਹੋਣੀ ਚਾਹੀਦੀ ਨੀ, ਆਸ ਤਾਂ ਹੋਣੀ ਚਾਹੀਦੀ ਹੈ, ਲੇਕਿਨ ਇਹ ਆਸ ਤਾਂ ਨਹੀਂ ਹੋਣੀ ਵੀ ਤੇਰਾ ਹੱਥ ਮੁੱਕੇ ਮੈਂ ਠੀਕ ਕਰ ਦੂੰ, ਕਿੱਥੇ ਲਿਖਿਆ ਜੀ ਦੱਸੋ। ਭਾਈ ਭੁਪਿੰਦਰ ਸਿੰਘ ਜੀ ਕਹਿੰਦੇ 6 ਜੂਨ ਨੂੰ ਰਿਹਾ ਹੋ ਗਏ ਸੀਗੇ ਜੀ, ਇਹਨਾਂ ਬਾਰੇ ਜਾਣਕਾਰੀ ਦਿਓ। ਬੜੀ ਇੰਟਰਸਟਿੰਗ ਚੀਜ਼ ਹੈ ਜੀ। ਭਾਈ ਭੁਪਿੰਦਰ ਸਿੰਘ 2 ਜੂਨ 2017 ਨੂੰ ਇੱਕ ਹਿੰਦੂ ਕਮਿਊਨਿਟੀ ਦੇ ਅੰਮ੍ਰਿਤਸਰ ਦੇ ਉਸ ਸਿਰਸਾ ਦੇ ਗੜ੍ਹ ਚ ਖੁਦ ਗਏ। ਉੱਥੇ ਭਿੰਡਰ ਵਾਲਿਆਂ ਦਾ ਕੋਈ 40-50 ਬੰਦੇ ਪੁਤਲਾ ਸਾੜ ਰਹੇ ਸੀ। ਹਾਂਜੀ ਹਾਂਜੀ। ਤੇ ਇਹਨਾਂ ਜਾ ਕੇ ਮਾਰਿਆ ਲਕਾਇਆ, ਬਹੁਤ ਇਕੱਲੇ ਨੇ ਸਤਿ ਅਕਾਲ ਤੇ ਸਾਰੇ ਹੀ ਭੱਜ ਕੇ ਛੱਡ ਗਏ। ਤੇ ਪੁਲਿਸ ਨੇ ਪਿੱਛੇ ਭੱਜ ਕੇ ਭਾਈ ਭੁਪਿੰਦਰ ਸਿੰਘ ਨੂੰ ਫੜਿਆ, ਵੀ ਤੂੰ ਕੀ ਕਰਨ ਲੱਗਾ ਯਾਰ, ਕਹਿੰਦਾ ਮੈਂ ਕਿਹਨੂੰ ਕੁਛ ਕਿਹਾ, ਸਾਰੇ ਬੁਲਾਇਆ, ਭੱਜ ਗਏ ਸਾਰੇ। ਹੁਣ ਉਹ ਭਾਈ ਭੁਪਿੰਦਰ ਸਿੰਘ ਦੇ ਨਾਂ ਦੇ ਉੱਤੇ ਉਹਦਾ ਨਾਂ ਹੀ ਪੈ ਗਿਆ ਭਾਈ ਭੁਪਿੰਦਰ ਸਿੰਘ 6 ਜੂਨ। ਅੱਛਾ ਜੀ, ਜਦੋਂ ਖੇਬੜਬਾਜੀ ਹੁੰਦੀ ਤੇ ਪੁਲਿਸ ਨੇ ਕੀ ਕੀਤਾ, ਦੋਵਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਵੀ ਤੁਸੀਂ ਦੋਵੇਂ ਬਾਹਰ ਰਹਿੰਦੇ ਕਾਬਲ ਨੀ ਜੇ ਅੱਗੇ। 6 ਜੂਨ ਤੋਂ ਬਹਿਸ ਅੰਦਰ ਦੇ ਦਿੱਤਾ ਤੇ ਕੱਲ ਫਿਰ ਭੁਪਿੰਦਰ ਸਿੰਘ ਦੀ ਜੋ ਰਿਹਾਈ ਹੋਈ ਤੇ ਫਿਰ ਜਿਹੜੀਆਂ ਸੰਗਤਾਂ ਗਈਆਂ ਤੇ ਬਲੇ ਸੁਣ ਹਾਲ ਤੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਉਹਨਾਂ ਨੂੰ ਉੱਥੋਂ ਲੈ ਕੇ ਗਈਆਂ ਜੇਲ੍ਹ ਦੇ ਵਿੱਚੋਂ ਜੀ, ਲਿਆ ਕੇ ਸਰੋਪੇ ਨਾਲ ਸਬੂਤ ਕੀਤਾ ਤੇ ਉਹਦਾ ਨਾਂ 6 ਜੂਨ ਪੱਕ ਗਿਆ ਜੀ, ਭੁਪਿੰਦਰ ਸਿੰਘ 6 ਜੂਨ ਦਾ। ਮੈਨੂੰ ਕਹਿੰਦਾ, ਮੈਂ ਕਿਹਾ ਭੁਪਿੰਦਰ ਵਾਸਤਵ ਜੀ ਇਹ ਕੱਟ ਨਹੀਂ, ਮੇਰੇ ਬੱਚੇ ਵੀ ਕਹਿੰਦੇ ਪਾਪਾ 6 ਜੂਨ ਪਾਪਾ 6 ਜੂਨ ਇਹ ਮੈਨੂੰ ਕਹਿੰਦੇ ਮਨੀਸ਼ਾ ਗੋਇਲ ਨੇ ਬੀਬੀ ਨੇ ਉਹਨਾਂ ਦੀ ਜ਼ਮਾਨਤ ਲੈ ਲਈ ਸੀ, ਕਿਉਂਕਿ ਤੁਹਾਨੂੰ ਪਤਾ ਹੋਏਗਾ ਕਿ ਜਦੋਂ FI ਦਰਜ ਹੁੰਦੀ ਕੋਈ ਐਂਟੀ ਸਪੀਸੀ ਬਿੱਲ, ਤੁਸੀਂ ਉਦੋਂ ਅਪਲਾਈ ਕਰਦੇ ਕਿ ਮੇਰੇ ਖਿਲਾਫ ਝੂਠੀ ਦਰਖਾਸਤ ਦਿੱਤੀ ਗਈ, ਝੂਠੀ FI ਕੀਤੀ ਜੀ। ਉਹਨਾਂ ਜਿਹੜੀ ਬੇਲ ਮਿਲੀ ਸੀ ਉਹਨਾਂ ਨੇ ਸੱਤ ਪ੍ਰਗਟ ਕੀਤਾ ਸੀ ਵੀ ਮੇਰੇ ਖਿਲਾਫ਼ ਜਿਹੜਾ ਕੇਸ ਦਰਜ ਕੀਤਾ ਉਹਨੂੰ ਵਧਾ ਕੇ 302 ਚ ਕਨਵਰਟ ਕਰਨ ਲੱਗੇ ਤੇ ਮੈਨੂੰ ਐਂਟੀ ਸਪੈਕਟਰੀ ਅਗਾਊਂ ਜਮਾਨਤ ਦਿੱਤੀ ਜਾਵੇ। ਹੁਣ ਜਿਹੜਾ ਪਰਮਿੰਦਰ ਸਿੰਘ ਮੁਲਤਾਨੀ ਸੀ, ਬਲਵੰਤ ਸਿੰਘ ਮੁਲਤਾਨੀ ਦਾ ਭਰਾ, ਉਹ ਸਰਕਾਰੀ ਵਕੀਲ ਨੂੰ ਲਾ ਕੇ ਸੈਸ਼ਨ ਜੱਜ ਦੇ ਪੇਸ਼ ਹੋ ਗਿਆ ਵੀ ਵੇਖੋ ਤੁਸੀਂ ਇਹ ਗਲਤ ਕਰ ਰਹੇ ਹੋ, ਤੁਹਾਡੀ ਬੀਬੀ ਨੇ ਇਹ ਗਲਤ ਕੀਤਾ, ਜਦੋਂ ਉਹਨੇ ਪਤਾ ਹੀ ਨਹੀਂ 302 ਧਰਨ ਲੱਗੀ ਨੇ ਜਮਾਨਤ ਕਰਨ ਲੱਗੀ। ਹੁਣ ਸੈਸ਼ਨ ਜੱਜ ਨੇ ਨੋਟਿਸ ਲਿਆ, ਉਹਨੇ ਕਿਹਾ ਵੀ ਇਹ ਗੱਲ ਠੀਕ ਆ ਤੇ ਬੀਬੀ ਮਨੀਸ਼ ਗੋਇਲ ਨੇ ਆਪਣੇ ਕਾਨੂੰਨ ਤਾਂ ਵਜੋਂ ਕੀਤਾ, ਉਹ ਠੀਕ ਕੀਤਾ, ਉਹ ਸਾਨੂੰ ਨਹੀਂ ਪਤਾ ਸੀ ਕਿ ਜਿਹੜੀ ਇਹਦੇ ਨਿਆਂ ਪਾਲ ਕੇ ਕੋਈ ਉਂਗਲ ਨਹੀਂ ਚੁੱਕਦੇ, ਕਿਉਂਕਿ ਉਹਨੇ ਜੋ ਕੀਤਾ ਠੀਕ ਕੀਤਾ। ਉਹਨੇ 18 ਤਰੀਕ ਤੱਕ 18 ਜੂਨ ਤੱਕ ਜਿਹੜੀ ਸੀ ਇਹਨਾਂ ਨੂੰ ਜਿਹੜੀ ਸੀ ਬੇਲ ਦਿੱਤੀ ਸੀਗੀ, 18 ਤਰੀਕ ਤੱਕ ਬੇਲ ਦਿੱਤੀ। ਹੁਣ ਜਿਹੜਾ ਉਹਨਾਂ ਨੇ ਸੈਸ਼ਨ ਜੱਜ ਆ ਉਹਨੇ ਦੂਸਰੇ ਕੰਡੀਸ਼ਨ ਸੈਸ਼ਨ ਹੋਰ ਮਾਰਕ ਕਰਤੀ ਤੇ ਉਹਨਾਂ ਨੇ ਉਹਨੂੰ ਤਲਬ ਕਰਨਾ ਵੀ ਭਾਈ ਤੂੰ 15 ਤਰੀਕ ਨੂੰ ਖੁਦ ਆ ਕੇ ਕੋਰਟ ਚ ਪੇਸ਼ ਜੀ, ਤੇ ਜੇ 15 ਤਰੀਕ ਨੂੰ ਉਹਨਾਂ ਨੇ 302 ਦੀ ਧਾਰਾ ਵਧਾ ਕੇ ਰਿਕਾਰਡ ਪੇਸ਼ ਕਰਤਾ ਤੇ ਉਹਨਾਂ ਦੀ 15 ਤਰੀਕ ਨੂੰ ਗ੍ਰਿਫ਼ਤਾਰੀ ਵੀ ਸੁਨੀਤ ਸਿੰਘ ਸੈਣੀ ਹੋ ਸਕਦੀ ਹੈ। ਅੱਛਾ ਜੀ, ਪਰ ਇਹ ਕਹਿ ਲਈਏ ਉਹਨਾਂ ਦੇ ਹੱਥ ਬੜੇ ਲੰਬੇ ਆ, ਜਿਹੜੇ ਵਿਅਕਤੀ ਨੂੰ ਉਹਦੇ ਪਰਚਾ ਦਰਜ ਹੋਣ ਤੋਂ ਪਹਿਲਾਂ ਪਤਾ ਲੱਗ ਸਕਦਾ ਕਿ ਤੇਰੇ ਖਿਲਾਫ਼ ਪਰਚਾ ਦਰਜ ਹੋਣ ਗਏ, ਭੱਜਿਆ ਇੱਥੋਂ ਤਗੜਾ ਚਲੇ ਗਿਆ, ਫਿਰ ਵੀ ਸੰਬੰਧ ਕਰ ਲੂਗਾ ਕਿ ਜੇ ਉਹਨੂੰ ਉਹਨਾਂ ਬੁਲਾਇਆ ਵਾ, ਜੇ 302 ਦਾ ਪਰਚਾ ਪੇਸ਼ ਕੀਤਾ ਤਾਂ ਸ਼ਾਇਦ ਪੇਸ਼ ਹੀ ਨਾ ਹੋਵੇ, ਹੋਰ ਬੰਦੋਬਸਤ ਕਰੇ ਹਾਈਕੋਰਟ ਚੱਲ ਜਾਇਓ, ਸੁਪਰੀਮ ਕੋਰਟ ਚੱਲ ਜਾਇਓ। ਇਸੇ ਕਰਕੇ ਜੇ ਉਹ ਪੇਸ਼ ਹੋ ਜਾਂਦਾ ਤੇ ਪੋਸੀਬਿਲਟੀ ਹੈ ਜੀ
ਵੀ ਉਹਦੀ ਗ੍ਰਿਫਤਾਰੀ ਹੋ ਸਕਦੀ ਹੈ, ਲੇਕਿਨ ਜਿਹੜਾ ਇਹ ਰੌਲਾ ਪੈ ਗਿਆ ਵੀ ਵੇਖੋ ਜੀ ਉਹਨਾਂ ਦੀ ਜਮਾਨਤ ਕਿਵੇਂ ਦਿੱਤੀ, ਇਹ ਕਿਵੇਂ ਹੋ ਗਿਆ, ਰਹਿਤੀ ਕੁਝ ਆਈ, ਇਹ ਮੰਨੀ ਜਾਂਦਾ ਜੀ। ਵੈਸੇ ਤੇ ਵੇਖੋ ਜੀ ਸਾਡੇ ਚਿੱਤਰ ਚਾਰ ਚਿੱਤਰ ਨੇ ਸਾਡੇ ਡੈਮੋਕ੍ਰੇਸੀ ਦੇ, ਅੱਜ ਦੀ ਡੇਟ ਇਹਨਾਂ ਚੋਣਾਂ ਨੇ ਘੁਲ ਲੱਗ ਚੁੱਕਾ ਜੀ, ਇੱਕ ਵੀ ਨੀ ਬਚਿਆ, ਕਿਸੇ ਨੂੰ ਘੱਟ ਲੱਗਾ ਕਿਸੇ ਨੂੰ ਵੱਧ ਲੱਗਾ, ਇਹ ਮਾੜੀ ਗੱਲ, ਇਹ ਪਿੱਲਰ ਬਚਾਉਣ ਦੀ ਲੋੜ ਆ, ਨਹੀਂ ਤੇ ਇੱਕ ਦਿਨ ਫਿਰ ਸਭ ਕੁਝ ਧਵਸ ਹੋ ਜਾਏਗਾ, ਪਟਾਕਾ ਪੈਗਾ ਵੱਡਾ ਵੱਡਾ, ਉਹਦਾ ਫਿਰ ਨੁਕਸਾਨ ਦੇਸ਼ ਨੂੰ ਤੇ ਦੇਸ਼ ਵਾਸੀਆਂ ਨੂੰ ਹੋਏਗਾ ਜੀ। ਤੇ ਭਗਵੰਤ ਮਾਨ ਹੋਰਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਬਾਰੇ ਕੀ ਬਿਆਨ ਦਿੱਤਾ? ਉਹਨਾਂ ਨੇ ਕਿਹਾ ਜੀ ਵੇਖੋ ਮੈਂ ਬਲਬ ਆ, ਮੈਨੂੰ ਆਪਣੇ ਜਿਹੜੇ ਵਰਕਰ ਦੇ ਮਾਂ ਉਹਨਾਂ ਦੇ, ਅੱਛਾ ਜੀ, ਉਹ ਭਮੱਕੜ ਨੇ, ਉਹ ਹਮੇਸ਼ਾ ਮੇਰੇ ਘਰੇ ਘਰੇ ਕਮਰੇ ਦੇ ਵੀ ਆਹ ਕੰਮ ਕਰਦੇ ਜੀ, ਆਹ ਕੰਮ ਕਰਦੇ ਜੀ, ਆਹ ਕੰਮ ਕਰਦੇ, ਉਹਨੂੰ ਪਿਆਰ ਕਰਦੇ, ਮੈਨੂੰ ਮੁਹੱਬਤ ਕਰਦੇ ਜਿਹਦੇ ਕਰਕੇ ਮੈਂ ਜਿੱਤਿਆ। ਅੱਛਾ ਜੀ। ਉਹਨਾਂ ਕਿਹਾ ਵੀ 2022 ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੇਗੀ ਜੀ। ਉਹਨਾਂ ਨੂੰ ਪੁੱਛਿਆ ਗਿਆ ਸਿੱਧੂ ਸਾਹਿਬ ਦਾ ਕੀ ਵਿਚਾਰ ਆ, ਉਹ ਕਹਿੰਦੇ ਸਿੱਧੂ ਸਾਹਿਬ ਇੱਕ ਇਮਾਨਦਾਰ ਵਧੀਆ ਬੁਲਾਰਾ ਅੱਛਾ ਵਾ, ਲੋਕਾਂ ਨੂੰ ਭੁਲ ਵਾਲਾ ਵੇ, ਖਿਡਾਰੀ ਅੱਛਾ ਵਾ, ਸਾਰੇ ਉਹ ਚ ਗੁਣ ਹੋ ਗਏ, ਤੇ ਮੈਂ ਇੱਕ ਪ੍ਰੋਗਰਾਮ ਤੇ ਅਸੀਂ ਇਕੱਠੇ ਕੰਮ ਕਰਦੇ ਰਹੇ ਤੇ ਮੈਨੂੰ ਬਹੁਤ ਪਿਆਰ ਕਰਦੇ ਜੀ, ਇਸ ਕਰਕੇ ਉਹਨਾਂ ਦਾ ਮੈਂ ਸਤਿਕਾਰ ਕਰਦਾ। ਉਹਨਾਂ ਦੇ ਆਉਣ ਬਾਰੇ ਜਾਂ ਨਾ ਆਉਣ ਬਾਰੇ ਮੇਰੇ ਕੋਈ ਇਨਫੋਰਮੇਸ਼ਨ ਨਹੀਂ, ਉਹਨਾਂ ਨਾਲ ਸਾਡੀ ਸੈਂਟਰਲ ਹਾਈ ਕਮਾਂਡ ਨਾਲ ਨਾ ਪੰਜਾਬ ਨਾਲ ਕਿਸੇ ਕਿਸਮ ਦਾ ਕੋਈ ਰਾਬਤਾ ਕਿਉਂ ਨਹੀਂ ਕੀਤਾ, ਜੇ ਉਹ ਆਉਣਾ ਚਾਹੁਣਗੇ ਤੇ ਅਸੀਂ ਉਹਨਾਂ ਨੂੰ ਬੜੇ ਜੋਸ਼ੋ ਗਰੋਸ਼ ਨਾਲ ਸਵਾਗਤ ਕਰਾਂਗੇ ਉਹਨਾਂ ਦਾ ਜੀ ਆਇਆਂ ਨੂੰ ਜੀ, ਵਧੀਆ ਇਨਸਾਨ ਨੂੰ, ਇਹ ਉਹਨਾਂ ਬਾਰੇ ਕਿਹਾ ਜੀ ਉਹਨਾਂ ਨੇ ਕਿ ਭਮੱਕੜ ਗੱਲ ਠੀਕ ਹੈ, ਤੇ ਉਹ ਕਹਿੰਦੇ ਜੀ ਇਕੱਲਾ 33 ਤੇ ਜਾਣਾ ਬੇਚਾਰਾ ਮੈਂਬਰ ਕਿੱਥੇ ਆ ਜੀ, ਉਹਦੇ ਕਿਹੜੇ ਕਿਹੜੇ ਘੁੰਮਾਂ। ਉਹਨੇ ਕੀ ਕੀਤਾ ਵੀ ਹੁਣ ਤੱਕ ਮੇਰੇ ਖਿਆਲ ਹਜ਼ਾਰਾਂ ਨੀ ਲੱਖਾਂ ਹੀ ਮਜ਼ਦੂਰ ਉਹ ਆਪਣੇ ਘਰਾਂ ਤੱਕ ਟ੍ਰੇਨਾਂ ਸਪੈਸ਼ਲ ਕਰਕੇ ਭੇਜ ਚੁੱਕੇ। ਹੁਣ ਸਿਆਸੀ ਲੀਡਰ ਨੂੰ ਇਹ ਫਿਕਰ ਪੈ ਗਿਆ ਵੀ ਇਹ ਸਿਆਸੀ ਆਗੂ ਤਾਂ ਨਹੀਂ ਬਣ ਰਿਹਾ ਕਿਤੇ, ਇਹਨੇ ਕਿਤੇ ਸਿਆਸਤ 'ਚ ਨਹੀਂ ਆਉਣਾ ਜੀ। ਉਹ ਬੰਦਾ ਸਟੇਸ਼ਨ ਦੇ ਉੱਤੇ ਜਿਹੜੀ ਟ੍ਰੇਨ ਦੇ ਵਿੱਚ ਮਜ਼ਦੂਰਾਂ ਨੇ ਜਾਣਾ ਸੀ ਉਹਨਾਂ ਨੂੰ ਸੀ ਆਫ ਕਰਨ ਵਾਸਤੇ ਗਿਆ ਜੀ, ਅੱਗੇ ਜੀ ਆਰ ਪੀ ਵਾਲੇ ਬੈਠੇ ਸੀ ਉਹਨਾਂ ਬਿਠਾ ਲਿਆ ਜੀ, ਇੱਥੇ ਬੈਠੋ ਸੋਨੂੰ ਜੀ ਤੁਸੀਂ, ਸੋਨੂੰ ਵਾਲੀ ਬਹਿ ਗਏ ਉੱਥੇ, ਕਰਦੇ ਜੀ ਵਿਖਾਉਂਦੇ ਜੀ ਚੱਲਦੇ ਜੀ ਇੱਥੇ ਜੀ, ਫਿਰ ਸੋਨੀ ਹੋਰਾਂ ਨੇ 45 ਮਿੰਟ ਉੱਥੇ ਵੇਟ ਕੀਤੀ ਤੇ 45 ਮਿੰਟ ਬਾਅਦ ਉਹਦੇ 'ਚ ਭੇਜਿਆ ਜਦੋਂ ਟ੍ਰੇਨ ਉੱਥੇ ਜਾ ਚੁੱਕੀ ਸੀ। ਅੱਛਾ ਜੀ। ਹੁਣ ਉਹਨਾਂ ਨੂੰ ਫਿਰ ਜਿਹੜੀ ਇਹ ਉਹਨਾਂ ਦੇ ਕੰਨ 'ਚ ਗੱਲ ਪਈ ਵੀ ਇਹ ਲੋਕ ਸਾਰੀਆਂ ਪਾਰਟੀਆਂ ਦੇ ਡਰਦੇ ਆ ਵੀ ਸੋਨੂ ਜਿਹੜਾ ਵਾ ਇਹ ਚਾਹੁੰਦਾ ਵਾ ਵੀ ਮੈਂ ਸਿਆਸਤ ਜੁਆਇਨ ਕਰਾਂ ਜੀ, ਤੇ ਉਹਨਾਂ ਨੇ ਇਹ ਸਪਸ਼ਟ ਕੀਤਾ ਵੀ ਮੈਂ ਸੇਵਾ ਦਾ ਜ਼ਰੂਰ ਵਾ, ਮੈਂ ਗੁਰੂਆਂ ਪੀਰਾਂ ਦੀ ਧਰਤੀ ਤੋਂ ਆਇਆ ਵਾ ਜਿੱਥੇ ਸਾਡੇ ਸੇਵਾ ਪਹਿਲਾ ਸੰਕਲਪ ਆ, ਮੇਰਾ ਸੇਵਾ ਕਰਨ ਦਾ ਧਰਮ ਸੀ, ਮੈਂ ਸੇਵਾ ਕੀਤੀ ਆ, ਨਾ ਵੀ ਕਰੂੰਗਾ, ਲੇਕਿਨ ਜੇ ਕਿਸੇ ਨੂੰ ਸ਼ੱਕ ਆ ਤੇ ਮੇਰੀ ਸਿਆਸਤ ਦੇ ਵਿੱਚ ਕੋਈ ਦਿਲਚਸਪੀ ਨਹੀਂ, ਮੈਂ ਸਿਆਸਤ ਬਿਲਕੁਲ ਡਰੋਣਾ, ਮੇਰੇ ਤੋਂ ਡਰੋਣਾ, ਜੇ ਤੇ ਡਰੋਣਾ ਤੁਸੀਂ ਮੈਨੂੰ ਕੰਮ ਕਰਨ ਦਿਓ, ਵੀ ਐਵੇਂ ਨਾ ਡਰੀ ਜਾਓ ਵੀ ਕਿਤੇ ਸੋਨੂੰ ਸੂਦ ਆ ਜਿਹੜਾ ਕਿਤੇ ਟਿਕਟ ਖੜ ਕੇ ਤੇ ਸਾਡੇ ਕਿਤੇ ਕੁਛ ਕਰਦੇ। ਉੱਧਰ ਪੱਟੀ ਸਾਹਿਬ, ਹੁਣ ਜਿਹੜੀ ਸਭ ਤੋਂ ਵੱਡਾ ਮਸਲਾ ਅਸੀਂ ਵੀ ਗੱਲ ਕਰਕੇ ਹਟੇ, ਮੈਂ ਤੇ ਨੀਲ ਜੀ ਨੇ ਥੋੜ੍ਹੀ ਜਿਹੀ ਗੱਲ ਛੇੜਨ ਦੀ ਕੋਸ਼ਿਸ਼ ਕੀਤੀ ਸੀਗੀ, ਜਿਹੜਾ ਜਥੇਦਾਰ ਸਾਹਿਬ ਦਾ ਬਿਆਨ ਅਕਾਲ ਤਖ਼ਤ ਸਾਹਿਬ ਦਾ, ਇਹ ਪੰਜਾਬ ਤੋਂ ਬਾਹਰਲੇ ਜਿਹੜੇ ਸਿੱਖ ਸਾਡੇ ਰਹਿੰਦੇ ਨੇ ਜਿਨ੍ਹਾਂ ਨੂੰ ਅਸੀਂ ਖਾਸ ਕਰਕੇ ਸ਼ਹਿਰੀ ਸਿੱਖ ਕਹਿੰਦੇ ਹਾਂ, ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਰੜਕ ਰਿਹਾ? ਦੋ ਗੱਲਾਂ ਦੀ, ਪਹਿਲੇ ਦਿਨ ਤਾਂ ਆਪਾਂ ਕਹਿ ਦਿੱਤਾ ਵੀ ਉਹਨਾਂ ਨੇ ਇੱਕ ਸਵਾਲ ਦਾ ਜਵਾਬ ਦਿੱਤਾ, ਤੇ ਦੂਜੇ ਦਿਨ ਉਹਨਾਂ ਇੱਕ ਇੰਗਲਿਸ਼ ਅਖਬਾਰ ਨਾਲ ਗੱਲ ਕਰਦਾ ਸਪਸ਼ਟ ਕਹਿ ਦਿੱਤਾ ਵੀ ਸਿੱਖਾਂ ਨੂੰ ਖਾਲਸਾ ਚਾਹੀਦਾ। ਫਿਰ ਗੱਲ ਤਾਂ ਬਦਲ ਗਈ, ਸਾਰੀ ਬਦਲ ਗਈ ਗੱਲ, ਇਹਦਾ ਕਹਿਣ ਤੋਂ ਬਾਅਦ ਆ ਵੀ ਪਿਛਲੇ ਪਾਸੇ ਤਾਕਤਾਂ ਕੋਈ ਹੋਰ ਬੋਲਦੀਆਂ, ਤੂੰ ਨੀ ਬੋਲਦੀ ਜੀ, ਤੂੰ ਨੀ ਬੋਲਦੀ, ਲੇਕਿਨ ਹੁਣ ਇਹ ਸਪਸ਼ਟ ਹੋ ਗਿਆ ਕਿ ਜਥੇਦਾਰ ਸਾਹਿਬ ਜਿਹੜੇ ਆ ਉਹਨਾਂ ਦੇ ਪਿੱਛੇ ਕਹਿਣ ਦੇ ਕੁਛ ਜਿਹੜਾ ਵਾ ਜਿਹੜੀ ਸਖਤੀ ਹੈਗੀ ਉਹਨਾਂ ਦੇ ਕਹਿਣ ਤੇ ਕਹਿ ਰਹੇ ਨੇ, ਉਹਦਾ ਕਾਰਨ ਜਦੋਂ ਐਮਰਜੈਂਸੀ ਮੋਰਚਾ ਲੱਗਾ ਤੇ ਇੰਦਰਾ ਗਾਂਧੀ ਨੇ ਇਹਨਾਂ ਨੂੰ ਕਿਹਾ ਭਾਈ ਸਿੱਖੋ
ਤੁਸੀਂ ਮੇਰੇ ਭਰਾ ਹੋ, ਤੁਸੀਂ ਮੋਰਚਾ ਨਾ ਲਾਇਓ, ਤੁਹਾਡੇ ਤੋਂ ਬਗੈਰ ਇਹਦਾ ਤਾਂ ਇਹ ਜਿਹੜੇ ਨਿਕਰਧਾਰੀ ਉਸਦੇ ਕਰ ਲੈਣਗੇ। ਤੇ ਜਿੰਨੇ ਉਹਨੇ ਫੜ ਕੇ ਅੰਦਰ ਕੀਤੇ ਸੀ ਨਿਕਰਧਾਰੀ, ਬਹੁਤੇ ਕਾਂਗਰਸ ਜਿਹੜੇ ਸੀ ਆਪਣੇ ਜਿਹੜੇ ਸੀ ਕਾਰਡ ਲੈ ਕੇ ਤੇ ਬਾਹਰ ਆ ਗਏ ਜੀ ਕਿ ਮੈਂ ਕਾਂਗਰਸ ਸ਼ਾਮਲ ਹੋ ਗਿਆ, ਮੈਂ ਕਾਂਗਰਸ ਸ਼ਾਮਲ ਹੋ ਗਿਆ। ਉਹਨੇ ਇਹੋ ਕੁਛ ਹੀ ਕਰਨਾ ਸੀ। ਜੇ ਇਹ ਮੋਰਚਾ ਸਿੱਖ ਨਾ ਲਾਉਂਦੇ ਤੇ ਮੇਰੇ ਕਠੂਆ ਜਾ ਕੇ ਕਿੰਨਾ ਸਿੱਖ ਉਦੋਂ ਅੰਦਰ ਗਿਆ ਸੀ ਤੇ ਉਹਦਾ ਉਹਦਾ ਇੰਦਰਾ ਗਾਂਧੀ ਦੇ ਮਾਮਾ ਦਾ ਕਾਮਯਾਬ ਸੀ ਜੀ। ਲੇਕਿਨ ਇਹਨਾਂ ਦੀ ਆਪਸੀ ਸੱਤਾ ਦੀ ਲੜਾਈ ਸੀ, ਇਹ ਨਾ ਅੱਗੇ ਲੰਘਦੇ, ਇਹ ਨਾ ਅੱਗੇ ਲੰਘਦੇ, ਇਹ ਨਾ ਅੱਗੇ ਲੰਘਦੇ। ਜਦੋਂ ਉਹ ਐਮਰਜੈਂਸੀ ਖਤਮ ਹੋਈ, ਸਾਰੇ ਬੀਜੇਪੀ ਵਾਲੇ ਵੀ ਜਨ ਸਿੰਘ ਬਾਹਰ ਆ ਗਏ ਤੇ ਇਹਨਾਂ ਨੇ ਫਿਰ ਮੀਟਿੰਗ ਕੀਤੀ ਜੀ। ਉਹਨਾਂ ਕਿਹਾ ਕਿ ਇਹਨਾਂ ਨੇ ਆਜ਼ਾਦੀ ਦੀ ਲੜਾਈ 'ਚ ਬੜਾ ਵੱਡਾ ਯੋਗਦਾਨ ਪਾਇਆ ਤੇ ਹੁਣ ਵੀ ਯੋਗ ਪਡੋਲ ਪਾਉਣ ਦੀ ਸਮਰੱਥਾ ਸਿੱਖ ਰੱਖਦੇ ਨੇ ਜੀ। ਜਿੱਥੇ ਖੜ ਜਾਂਦੇ ਉੱਥੇ ਇੱਕ ਪਹਾੜ ਬਣ ਕੇ ਖੜ ਜਾਂਦੇ, ਉੱਥੇ ਲੋਹੜੀ ਦੁਆਰ ਬਣ ਕੇ ਖੜ ਜਾਂਦੇ। ਇਹਨਾਂ ਨਾਲ ਆਪਾਂ ਦੋਸਤੀ ਵੀ ਪਾਉਣੀ ਆ ਤੇ ਇਹਨਾਂ ਨੇ ਬੇੜਾ ਗਰਕੀ ਵੀ ਕਰਨਾ ਜੀ। ਪਹਿਲੀ ਦੋਸਤੀ ਪਾਈ ਜਦੋਂ 1970 ਦੇ ਵਿੱਚ ਇਹਨਾਂ ਨੇ ਛੱਡੀ ਸੀ, ਉਦੋਂ ਅਕਾਲੀ ਸੈਂਟਰ ਸ਼ਾਮਲ ਹੋਈ ਸੀ ਕਾਂਗਰਸ। ਉਦੋਂ ਜਦੋਂ ਬਾਦਲ ਸਰਕਾਰ ਬਣੀ ਉਦੋਂ ਵੀ ਇਹਨਾਂ ਨੂੰ ਮਹਿਸੂਸ ਨਹੀਂ ਹੈ ਜੀ। ਜੇ ਸਹੀ ਗੱਲਾਂ ਚ ਕਹੀਏ, ਜੇ ਕਿਤੇ ਅੱਜ ਵੀ ਅਕਾਲੀ ਦਲ ਕੱਲਾ ਚੋਣ ਲੜੇ ਤੇ ਪੰਜਾਬ ਦੇ ਵਿੱਚੋਂ ਬੀਜੇਪੀ ਵਾਲੇ ਇੱਕ ਸੀਟ ਨਹੀਂ ਜਿੱਤ ਸਕੇ। ਉਹਦਾ ਕਾਰਨ ਜੀ, ਕਾਰਨ ਸਿਰਫ ਇਹ ਆ ਵੀ ਅੱਜ ਦੀ ਡੇਟ ਦੇ ਵਿੱਚ ਅਕਾਲੀ ਦਲ ਜਿਹੜਾ ਸ਼ਹਿਰਾਂ ਦੇ ਵਿੱਚ ਪੂਰੀ ਤਰ੍ਹਾਂ ਆਪਣੀ ਜੜ ਜਮਾ ਚੁੱਕਾ ਜੀ। ਭਾਵੇਂ ਉਹ ਅਕਾਲੀ ਦਲ ਬਾਦਲ ਹੋਵੇ, ਭਾਵੇਂ ਟੀਚੇ ਸਾਥੀ ਹੋਣ, ਭਾਵੇਂ ਜਿਹਦੇ ਵੀ ਸਾਥੀ ਹੋਣ, ਉਹ ਆਪਣੇ ਪੈਰ ਜਮਾ ਚੁੱਕੇ ਨੇ ਜੀ। ਤੇ ਸ਼ਹਿਰੀ ਖੇਤਰ ਦੀ ਹੋਰ ਜਿਹੜੀ ਬੀਜੇਪੀ ਦੀ ਹੁੰਦੀ ਸੀਗੀ, ਹੁਣ ਉਹ ਚਾਹੁੰਦੇ ਆ ਵੀ ਇਹਨਾਂ ਨੂੰ ਆਪਸੇ ਲੜਾ ਲੜੂ ਕੇ ਕਿਸੇ ਤਰੀਕੇ ਨਾਲ ਅਸੀਂ ਜਿਹੜਾ ਵਾ ਉਹ ਆਪਣੀ ਸੱਤਾ ਕਾਇਮ ਕਰੀਏ। ਜਦੋਂ ਉਹਨਾਂ ਕਹਿ ਸੱਪੇ ਦਾ ਮਾਸਟਰ ਮੂੰਹ ਨਾਲ ਕੋਈ ਬਿਆਨ ਦਿੱਤਾ ਵੀ ਐਤਕੀ ਭਾਈ ਅਸੀਂ ਲਾਲ ਸੀਟਾਂ ਦੇ ਚੋਣ ਲੜਾਂਗੇ, ਮੁੜ ਕੇ ਇੱਕ ਦੋ ਬੰਦਿਆਂ ਕੋਲ ਬਿਆਨ ਦੇ ਵਾਸਤੇ ਜੀ। ਹੁਣ ਜਦੋਂ ਖਾਲਸਾ ਦੀ ਗੱਲ ਚੱਲੀ ਹੈ, ਸਿਰਫ ਉਹਨਾਂ ਨੂੰ ਦੱਸਣ ਵਾਸਤੇ ਆ ਭਾਈ ਜੇ ਸਾਨੂੰ ਤੁਸੀਂ ਖਰਾਬ ਕੀਤਾ ਨਾ, ਸਾਡੇ ਕੋਲ ਅਜੇ ਬੋਤਲ ਚ ਕੂਟ ਬੰਦ ਪਿਆ, ਅਸੀਂ ਕੱਢ ਦੇਵਾਂਗੇ, ਉਹ ਵੀ ਕਿਸੇ ਕਰੋਨਾ ਚੋਂ ਘੱਟ ਨੀ ਜਾਏ ਜੀ। ਇਹ ਸਿਰਫ ਉਹਨਾਂ ਨੂੰ ਡਰਾਉਣ ਵਾਸਤੇ ਆ ਸਾਥੀਆਂ ਨੂੰ ਕਿ ਤੁਸੀਂ ਆ ਕੁਛ ਕਰ ਰਹੇ ਹੋ, ਇਹ ਗਲਤ ਕਰ ਰਹੇ ਹੋ, ਤੁਸੀਂ ਬੰਦੇ ਦੇ ਪੁੱਤ ਬਣ ਦਿਓ, ਅਸੀਂ ਵੀ ਠੀਕ ਹੋ ਜਾਵਾਂਗੇ, ਆਪਾਂ ਗਾਹ ਫਿਰ ਇਕੱਠੇ ਹੋ ਕੇ ਲੱਛਣਾ ਜੀ। ਪੱਟੀ ਸਾਹਿਬ, ਤਾਜ਼ਾ ਤਰੀਮ ਖਬਰ ਹੁਣੇ ਹੁਣੇ ਆ ਰਹੀ ਹੈ ਜੀ, ਕਹਿੰਦੇ ਸ਼ਨਿਚਰਵਾਰ ਤੇ ਐਤਵਾਰ ਨੂੰ ਪੰਜਾਬ ਦੇ ਵਿੱਚ ਪੂਰਨ ਲੋਕਡਾਊਨ ਰਹੇਗਾ, ਕੋਈ ਘਰੋਂ ਬਾਹਰ ਨਹੀਂ ਨਿਕਲ ਸਕੇਗਾ। ਹੁਣੇ ਹੁਣੇ ਤਾਜ਼ਾ ਤਰੀਮ ਖਬਰ ਅਪਡੇਟ ਆ ਰਹੀ ਹੈ ਜੀ ਕੈਪਟਨ। ਚਲੋ ਚੰਗੀ ਗੱਲ ਹੈ ਜੀ, ਚੰਗੀ ਗੱਲ ਅੱਗੇ ਫਿਰ ਲੋਕੀ ਬਾਹਰ ਨਿਕਲਦੇ ਜੀ। ਮੈਂ ਤਾਂ ਪਹਿਲਾਂ ਕਹਿ ਦਿੱਤਾ ਜੀ ਦਰਬਾਰ ਸਾਹਿਬ ਕਿੰਨੇ ਲੋਕ ਜਾਂਦੇ। ਅੱਜ ਦੀ ਮੇਰੇ ਬੇਟੇ ਦੇ ਬੱਬੇ ਫੋਨ ਆਉਣ ਡਿਆ, ਕਹਿੰਦਾ ਵੀ ਸਰਕਾਰ ਵੀ ਬਾਹਰ ਨਿਕਲੀ, ਲੋਕ ਆਪੇ ਨਿਕਲ ਜਾਂਦੇ, ਕਿੰਨੇ ਬਾਹਰ ਅੰਦਰ ਕਰ ਲੋ ਤੁਸੀਂ ਜੀ, ਕਿੰਨੇ ਮੁਕਦਮੇ ਦਰਜ ਕਰ ਲੋ ਤੁਸੀਂ। ਇਸ ਕਰਕੇ ਇਹ ਲੋਕਡਾਊਨ ਜਿਹੜਾ ਵਾ, ਜੇ ਤੁਸੀਂ ਇਹਨਾਂ ਨੂੰ ਪਹਿਲਾਂ ਅਵੇਅਰ ਕਰੋ ਲੋਕਾਂ ਨੂੰ ਵੀ ਭਾਈ ਆਹ ਗੱਲ ਇੱਦਾਂ ਨੀ, ਇੱਦਾਂ ਹੈਗੀ, ਕੀਤੀ ਜਾਣੀ ਚਾਹੀਦੀ ਆ ਜੀ। ਜੇ ਲੋਕਡਾਊਨ ਲਾਉਣਾ, ਜੇ ਸ਼ਨੀਵਾਰ ਲੱਗ ਗਿਆ ਤੇ ਫਿਰ ਸਮਝ ਲਓ 15 ਦਿਨ ਹੋ ਕੇ ਲੱਗੂ, 15 ਦਿਨ ਰਾਸ਼ਨ ਜਮਾ ਕਰ ਲਓ ਪਹਿਲਾਂ ਹੀ ਜੀ। ਸੋ ਧੰਨਵਾਦ ਜੀ ਪੱਟੀ ਸਾਹਿਬ ਤੁਹਾਡਾ, ਸ਼ੁਕਰੀਆ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਚੋਣ ਲੜ ਰਹੇ ਹੋ, ਸੋਰੀ ਅੱਜ ਮੇਰਾ ਦਿਮਾਗ ਹੋਰ ਹਿੱਲਿਆ ਹੋਇਆ, ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਨੂੰ ਸੁਣ ਰਹੇ ਹੋ। ਅਤੇ ਬੇ ਏਰੀਆ ਦੇ ਵਿੱਚ ਤੁਹਾਡਾ ਗੱਡੀ ਕਿਸੇ ਪ੍ਰਕਾਰ ਖਰਾਬ ਹੋ ਜਾਂਦੀ ਹੈ ਤਾਂ ਇਹਨੂੰ ਨਵੀਂ ਨਕੋਰ ਬਣਾਉਣ ਦੇ ਲਈ ਤੁਸੀਂ ਫੇਅਰ ਵੇ ਆਟੋ ਸੈਂਟਰ 1421 ਇੰਡਸਟਰੀਅਲ ਪਾਰਕਵੇ ਵੈਸਟ ਹੇਵਰਸ ਬਾਈ ਜੀ ਦਰਸ਼ਨ ਜੀ ਹੋਰਾਂ ਕੋਲ ਲੈ ਜਾਓ, 5105382983। ਅਤੇ ਕੈਲਗਰੀ ਦੇ ਵਿੱਚ ਤੁਹਾਡੀ ਕਿਸੇ ਪ੍ਰਕਾਰ ਦਾ ਵਾਸ਼ਰੂਮ ਦਾ, ਟੋਇਲਟ ਦਾ, ਕਿਚਨ ਦਾ ਕੋਈ ਟੂਟੀ ਮਿਕਸਰ ਜਾਂ ਹੋਰ ਚੀਜ਼ ਖਰਾਬ ਹੋ ਜਾਂਦੀ ਹੈ, ਜਾਂ ਤੁਹਾਡੀ ਹੀਟ ਦਾ ਥਰਮੋਸਟੇਟ ਜਾਂ ਕੋਈ ਹੋਰ ਕੰਮ ਕਰਨਾ ਬੰਦ ਕਰ ਜਾਂਦਾ, ਜਾਂ ਹੀਟ ਵੱਧ ਘੱਟ ਕੰਮ ਨਹੀਂ ਕਰਦੀ, ਤਾਂ ਸੁਖਪਾਲ ਸਿੰਘ ਬਰਾੜ ਹੋਰੀ ਰਾਜਿਆਣਾ ਬਾਘਾ ਪੁਰਾਣੇ ਵਾਲੇ, ਨੰਬਰ ਨੋਟ ਕਰੋ 403-690-1235 403-690-1235। ਅਤੇ ਬੇਕਰਸਫੀਲਡ ਏਰੀਆ ਦੇ ਵਿੱਚ ਬਿਜਲੀ ਦੇ ਭਾਰੇ ਬਿੱਲਾਂ ਤੋਂ ਨਜ਼ਾਤ ਪਾਉਣ ਦੇ ਲਈ, ਆਪਣੇ ਘਰਾਂ ਅਤੇ ਵਪਾਰਕ ਸਥਾਨਾਂ ਦੀਆਂ ਛੱਤਾਂ 'ਤੇ ਸੋਲਰ ਸਿਸਟਮ ਲਾਉਣ ਦੇ ਲਈ ਤੁਸੀਂ ਜਤਿੰਦਰ ਸਿੰਘ ਤੂਰ ਹੋਰਾਂ ਦੇ ਨਾਲ 6617541722 ਦੇ ਉੱਤੇ ਸੰਪਰਕ ਕਰ ਸਕਦੇ ਹੋ। ਫਿਲਹਾਲ ਇੱਕ ਬ੍ਰੇਕ ਦਾ ਸਮਾਂ ਅਤੇ ਫਿਰ ਹਾਜ਼ਰ ਹੁੰਦੇ ਹਾਂ ਤੁਹਾਡੇ ਨਾਲ, ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।
ओए मेरे वीर, मैनू बस एक गल दस दे भी आ जेड़ी तू ट्रैवलिंग करदा ते ओदे तो बाद फ्रेश रहना, एदा राज की है? एदा राज है अर्लिंगटन फ्यूल स्टॉप। अर्लिंगटन फ्यूल स्टॉप 1801 पाइनियर स्ट्रीट हाईवे एग्जिट 208 ते, जिथे तुहानू फ्री कॉफी, फ्री फैक्स सर्विस, फ्री ट्रक पार्किंग, रोटी, ठेका, लॉन्ड्री, शावर ते ट्रकां दा होर भी सामान आसानी नाल मिलेगा। हुणे कॉल करो 360-652-6066 यानी 360-652-6066। ए दो लोकेशनां तो सेवावां प्रदान करदे ने। सेकंड लोकेशन लॉस्ट हिल ट्रैवल सेंटर 14814 एलोम स्ट्रीट लॉस्ट हिल्स। फोन नंबर 6167973-54। PGI चंडीगढ़ अति मैक्स अस्पताल बठिंडा दे मानसिक रोगा अति नशा छुड़ाउन दे माहिर डॉक्टर सतीश थापर हुण अपने क्लिनिक विच हर रोज सवेरे 9 बजे तो 12 बजे तक अते फिर 2 बजे तो लेके शाम 7 बजे तक सलाह लई मिलनगे। पता नोट कर लो, डॉक्टर सतीश थापर, इंटीग्रेटिव साइकेट्रिक केयर, सामने गुरुद्वारा साहिब, नामदेव रोड, बठिंडा। संपर्क नंबर 98142-32345 यानी के 9814232345। ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी, तीजी लोकेशन भी खोलती आ, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 जां quicktrucklube.com। QTL, बिकॉज वी केयर। क्विक ट्रक ल्यूब। बेकर्सफील्ड विखे यूनियन अते प्लांज रोड दे कॉर्नर ते खुल गया नवा ट्रक स्टॉप यूनियन विलेज, जिथे मिलदा है वधिया गैस अते बिना बायोडीजल दे वधिया ते सस्ता डीजल, हर तरह दी ग्रोसरी, चाइनीज अते इंडियन रेस्टोरेंट, जिथे मिलेगा वधिया खाना, दो परौंठे सिर्फ 499 च। ट्रक ड्राइवर वीरा लई टू गो अते बैठ के खान लई वधिया जगह, नवे अते पुराने टायरा लई अते ट्रकां दी माइनर रिपेयर लई अज ही कॉल करो सुखी कुम्मण, 6618858 6618588858। एड्रेस 2201 साउथ यूनियन एवेन्यू, बेकर्सफील्ड, कैलिफोर्निया 93307। यूनियन विलेज। JB ट्रक रिपेयर, यूपा सिटी, सर्टिफाइड क्यूमिंस, डेट्रॉयट फ्रेटलाइनर, वेस्टर्न स्टार, वॉल्वो, कैटरपिलर अते सीरीज 60 इंजन्स, इंटरनेशनल अते ऑटोमेटिक ट्रांसमिशन्स, 5 साल दा फ्रेटलाइन डीलरशिप दा एक्सपीरियंस, ए इंजन, ट्रक, ट्रेलर, AC, इलेक्ट्रिकल, DPF, DEF रिपेयर करदे हन, ट्रांसमिशन, रियर एंड, ब्रेक्स, ऑयल चेंज कर देंदे हन, सर्टिफाइड 90-डे DOT इंस्पेक्शन अते सर्टिफाइड एनुअल फेडरल DOT इंस्पेक्शन करते हैं, 100 माइल दे रेडियस विच रोड असिस्टेंस 24/7, नवे कस्टमर्स लई 10% डिस्काउंट, हफ्ते दे 7 दिन सवेरे 7 तो शामी 7 बजे तक खुले रहंदे हैं। होर जानकारी लई कॉल जगरूप बॉयल 916-696-0634 या जगराज बल 530-339-15। एड्रेस 3894 रेल रोड एवेन्यू, यूबा सिटी। इत्थे हुण ट्रकां दे यूज्ड ते ब्रांड न्यू टायर भी मिलदे हैं।